ਪੰਜਾਬ ਦੇ ਅੰਦਰ ਕਿਹੜੇ ਬਾਰਡਰ ਤੇ ਅਸੀਂ ਆਪਣੀ ਜ਼ਿੰਮੇਵਾਰੀ ਨੂੰ ਨਿਭਾਉਂਦੇ ਆ ਕਿਹੜਾ ਪੋਲੀਟੀਸ਼ੀਅਨ ਹੈ ਜਿਹੜਾ ਕਹਿੰਦਾ ਵੀ ਵਰਕਰਾਂ ਨੂੰ ਵੀ ਬਾਰਡਰਾਂ ਦਾ ਧਿਆਨ ਰੱਖੋ ਬੀਐਸਐਫ ਤੇ ਪੁਲਿਸ ਦਾ ਹੀ ਕੰਮ ਰਹਿ ਗਿਆ ਸਾਡੀ ਜ਼ਿੰਮੇਵਾਰੀ ਨਹੀਂ ਬਣਦੀ ਕਿ ਅਸੀਂ ਆਪਣੇ ਵਰਕਰਾਂ ਨੂੰ ਕਹੀਏ ਕਿ ਵਰਕਰਾਂ ਨੂੰ ਸਿਰਫ ਵੋਟ ਲੈਣਾ ਮੰਤਰੀ ਬਣਨਾ ਨੇਤਾ ਬਣਨਾ ਵਰਕਰ ਦੀ ਜ਼ਿੰਮੇਵਾਰੀ ਬਣਦੀ ਹੈ ਸੀਮਾਵਾਂ ਦੀ ਰੱਖਿਆ ਅਸੀਂ ਸੋਨੇ ਆ ਉਹ ਜਾਗਦੇ ਨੇ ਸਾਰੀ ਰਾਤ ਸਿਮਰਨਜੀਤ ਸਿੰਘ ਮਾਨ ਜਿਹੜਾ ਸਵਾਲ ਦਾ ਜਵਾਬ ਪੁੱਛ ਰਿਹਾ ਹੈ ਜਿਹਨੇ ਭਗਤ ਸਿੰਘ ਨੂੰ ਅੱਤਵਾਦੀ ਕਹਿਤਾ ਉਹ ਮੇਰੇ ਤੇ ਸਵਾਲ ਪੁੱਛੇ ਦਾ ਤੇ ਉਹਨਾਂ ਦੇ ਲਿੰਕ ਕਿੱਥੇ ਨੇ ਪਾਕਿਸਤਾਨ ਦੇ ਨਾਰੇ ਲਾਉਣ ਵਾਲੇ ਹਿੰਦੁਸਤਾਨ ਨੂੰ ਤੋੜਨ ਵਾਲੇ ਪੰਜਾਬ ਦੀ ਧਰਤੀ ਨੂੰ ਤੋੜਨ ਵਾਲੇ ਉਹ ਮੇਰੇ ਤੇ ਸਵਾਲ ਉਠਾਉਣਾ ਸੀ ਤੂੰ ਉਹਦੀ ਚਾਈਨਾ ਦੀ ਤਾਰੀਫ ਕਰਦਾ ਤੂੰ ਪਾਕਿਸਤਾਨ ਦੀ ਤਾਰੀਫ ਕਰਦਾ ਜਿਹਨੇ ਮਹਾਰਾਜਾ ਰਣਜੀਤ ਸਿੰਘ ਦੇ ਸਟੈਚੂ ਨੂੰ ਤੋੜਤਾ ਤੂੰ ਉਹਦੀ ਤਾਰੀਫ ਕਰਦਾ ਜਿਹਨੇ ਨਨਕਾਣਾ ਸਾਹਿਬ ਦਾ ਨਾਂ ਬਦਲਣ ਲਈ ਕਿਸੇ ਕਾਫਰ ਨੇ ਕਹਿਤਾ ਤੂੰ ਉਹਨਾਂ ਦੀ ਤਾਰੀਫ ਕਰਦਾ ਤੂੰ ਤਾਂ ਸਰਦਾਰ ਹੈ ਹੀ ਨਹੀਂ ਤੇਰੇ ਸਿਰ ਤੇ ਵਾਲ ਹੀ ਨਹੀਂ ਤੂੰ ਸਰਦਾਰ ਹੈ ਹੀ ਨਹੀਂ ਤੂੰ ਕਿੱਥੋਂ ਦਾ ਸਰਦਾਰ ਹੈ ਪਹਿਲਾਂ ਦੱਸ ਤੁਸੀਂ ਆ ਕੇ ਪੰਜਾਬ ਨੂੰ ਧਰਮਸ਼ਾਲਾ ਬਣਾ ਕੇ ਪਾਕਿਸਤਾਨ ਦੇ ਟੁਕੜਿਆਂ ਦੇ ਪਲ ਕੇ ਆਈਐਸਆਈ ਦੇ ਟੁਕੜਿਆਂ ਪਲ ਕੇ ਸਾਡੀ ਪੰਜਾਬ ਦੀ ਜਵਾਨੀ ਨੂੰ ਪੰਜਾਬ ਨੂੰ ਬਰਬਾਦ ਕਰਨਾ ਚਾਹੁੰਦੇ ਹੋ ਮੈਂ ਤੁਹਾਨੂੰ ਕਹਿ ਰਿਹਾ ਮਾਵਾਂ ਦੇ ਲਾਲ ਅੱਗੇ ਵੀ ਭਾਸ਼ਣ ਕਰਾ ਕੇ ਹਜ਼ਾਰਾਂ ਮਰਵਾ ਦਿੱਤੇ ਇਹਨਾਂ ਨੇ ਆਪ ਚਲੇ ਗਏ ਵਿਦੇਸ਼ਾਂ 'ਚ ਬਹੁਤ ਖਾਸ ਮਹਿਮਾਨ ਨੇ ਸਾਡੇ ਨਾਲ ਐਮ ਐਸ ਬਿੱਟਾ ਜੀ ਆਲ ਇੰਡੀਆ ਐਂਟੀ ਟੈਰਿਸਟ ਫਰੰਟ ਦੇ ਹੈੱਡ ਨੇ ਪ੍ਰਧਾਨ ਨੇ ਸਰ ਬਹੁਤ ਬਹੁਤ ਸਵਾਗਤ ਹੈ ਨਿਊਜ਼ 18 ਪੰਜਾਬ ਦੇ ਉੱਤੇ ਸਭ ਤੋਂ ਪਹਿਲਾਂ ਮੈਂ ਸ਼ੁਰੂਆਤ ਇੱਥੋਂ ਹੀ ਕਰਦਾ ਮੈਂ ਵਿੱਚ ਜ਼ਿਕਰ ਕੀਤਾ ਪੰਜਾਬ ਦਾ ਜ਼ਿਕਰ ਕੀਤਾ ਮੈਂ ਪਹਿਲਾ ਪੁਆਇੰਟ ਇਹੀ ਪੰਜਾਬ ਦੀ ਮੌਜੂਦਾ ਸਥਿਤੀ ਨੂੰ ਤੁਸੀਂ ਕਿਵੇਂ ਦੇਖ ਰਹੇ ਹੋ ਪਿਛਲੇ ਕੁਝ ਸਮੇਂ ਦੇ ਵਿੱਚ ਹੋਈਆਂ ਘਟਨਾਵਾਂ ਉਹ ਚਾਹੇ ਕਿਸੇ ਦਾ ਮਰਡਰ ਹੋਵੇ ਜਾਂ ਬਿਆਨਬਾਜ਼ੀਆਂ ਹੋਣ ਕਿਵੇਂ ਪੰਜਾਬ ਦੀ ਮੌਜੂਦਾ ਸਥਿਤੀ ਨੂੰ ਦੇਖ ਬੜੀ ਖਤਰਨਾਕ ਸਥਿਤੀ 'ਚ ਆਪਾਂ ਪਹੁੰਚ ਚੁੱਕੇ ਔਰ ਸ਼ੁਰੂਆਤ ਇੱਥੋਂ ਕਰੂੰਗਾ ਪਹਿਲਾਂ ਵੀ ਰਾਜਨੀਤਿਕ ਗਲਤੀਆਂ ਦੇ ਨਾਲ ਪੰਜਾਬ 'ਚ ਟੈਰਿਜ਼ਮ ਆਇਆ ਹੁਣ ਇਕੱਲਾ ਟੈਰਿਜ਼ਮ ਨਹੀਂ ਹੁਣ ਗੈਂਗਸਟਰ ਟੈਰਿਜ਼ਮ ਆਈਐਸਆਈ ਕੈਨੇਡਾ ਜਰਮਨੀ ਪੂਰੇ ਦੁਨੀਆਂ ਦੇ ਵਿੱਚ ਔਰ ਹਿੰਦੁਸਤਾਨ ਦੇ ਕੋਨੇ ਕੋਨੇ 'ਚ ਨੈਟਵਰਕ ਫੈਲ ਚੁੱਕਾ ਹੈ ਇਕੱਲਾ ਪੰਜਾਬ ਨੂੰ ਨਾ ਭਲੀਏ ਤੁਸੀਂ ਦੇਖਿਆ ਮੂਸੇਵਾਲ ਦੇ ਕਤਲ ਤੋਂ ਬਾਅਦ ਜਿਹੜੇ ਗੈਂਗਸਟਰ ਫੜੇ ਗਏ ਪੂਨਾ ਤੋਂ ਵੀ ਫੜੇ ਗਏ ਬੰਬੇ ਤੋਂ ਵੀ ਫੜੇ ਗਏ ਗੁਜਰਾਤ ਤੋਂ ਵੀ ਫੜੇ ਗਏ ਦਿੱਲੀ ਤੋਂ ਵੀ ਫੜੇ ਗਏ ਦਿੱਲੀ ਪੁਲਿਸ ਨੇ ਵੀ ਫੜੇ ਪੰਜਾਬ ਪੁਲਿਸ ਨੇ ਵੀ ਫੜੇ ਤੋ ਇਹ ਜਿਹੜਾ ਨੈਟਵਰਕ ਹੈ ਜੀ ਇਹ ਬਹੁਤ ਵੱਡੀ ਖਤਰੇ ਦੀ ਘੰਟੀ ਪੰਜਾਬ ਇਕੱਲੇ ਲਈ ਨਹੀਂ ਪੂਰੇ ਦੇਸ਼ ਲਈ ਬਹੁਤ ਵੱਡੀ ਖਤਰੇ ਦੀ ਘੰਟੀ ਮਤਲਬ ਤੁਸੀਂ ਪੰਜਾਬ ਦੀ ਸਥਿਤੀ ਨੂੰ ਅਲੱਗ ਨਹੀਂ ਦੇਖ ਰਹੇ ਹੋ ਬਾਕੀ ਦੇਸ਼ ਦੀ ਸਥਿਤੀ ਤੋਂ ਤੁਹਾਨੂੰ ਲੱਗਦਾ ਕਿ ਜੋ ਪੰਜਾਬ 'ਚ ਹੋ ਰਿਹਾ ਹੈ ਜਾਂ ਬਾਕੀ ਸਟੇਟਾਂ ਦੇ ਵਿੱਚ ਹੋ ਰਿਹਾ ਕੁਝ ਵੱਖਰਾ ਨਾਰਮਲ ਹੈ ਨਾਰਮਲ ਪਿੱਛੇ ਮੈਂ ਬਿਆਨ ਸੁਣੇ ਕਈਆਂ ਦੇ ਯੂਪੀ ਤੇ ਪੰਜਾਬ ਨੂੰ ਮਿਕਸ ਕੀਤਾ ਗਿਆ ਯੂਪੀ ਦੇ ਵਿੱਚ ਵੱਧ ਹੈ ਇੱਥੇ ਘੱਟ ਹੈ ਇਹ ਇੱਕ ਪੋਲੀਟੀਕਲ ਬਿਆਨ ਹੈ ਇਹ ਇੱਕ ਰਾਜਨੀਤਿਕ ਬਿਆਨ ਹੈ ਮੇਰਾ ਕਿਸੇ ਪਾਰਟੀ ਨਾਲ ਕੋਈ ਤਲਕ ਨਹੀਂ ਮੈਂ ਸੋਸ਼ਲ ਵਰਕਰ ਮੈਂ ਛੱਡ ਚੁੱਕਾ ਇਹਨਾਂ ਚੀਜ਼ਾਂ ਨੂੰ ਪੰਜਾਬ ਦੀ ਸਥਿਤੀ ਤੇ ਯੂਪੀ ਦੀ ਸਥਿਤੀ 'ਚ ਫਰਕ ਹੈ ਰਾਜਸਥਾਨ ਦੀ ਸਥਿਤੀ 'ਚ ਫਰਕ ਹੈ ਪੰਜਾਬ ਦੀ ਧਰਤੀ ਲਹੂ ਲੁਹਾਣ ਕਰਨ ਵਾਲੇ ਪਾਕਿਸਤਾਨ ਆਈਐਸਆਈ ਦਾ ਹੈ ਅਸੀਂ ਰਾਜਨੀਤਿਕ ਲੋਕ ਵੀ ਤਾਂ ਜ਼ਿੰਮੇਦਾਰ ਹਾਂ ਅਸੀਂ ਬਿਆਨ ਦੇਣਾ ਜਾਣਦੇ ਕਿ ਮੈਂ ਵੀ ਤਾਂ ਇਨਸਾਨ ਆਮ ਇਨਸਾਨ ਹਾਂ ਬੰਬ ਗੋਲੀਆਂ ਖਾ ਕੇ ਅੱਜ ਵੀ ਮੈਂ ਰੋਜ਼ ਤਾਂ ਨਹੀਂ ਪੰਜਾਬ 'ਚ ਬੋਲਦਾ ਅੱਜ ਮੈਂ 15-10 ਸਾਲ ਤੋਂ ਬਾਅਦ ਬੋਲਣਾ ਸ਼ੁਰੂ ਕੀਤਾ ਜਦੋਂ ਪੰਜਾਬ 'ਤੇ ਆਫਤ ਆਉਂਦੀ ਹੈ ਪਰ ਅਸੀਂ ਮੌਕੇ ਦੀ ਇੰਤਜ਼ਾਰ 'ਚ ਕਿਉਂ ਰਹਿੰਦੇ ਹਾਂ ਕਿ ਪੰਜਾਬ 'ਚ ਬੰਬ ਚੱਲਣ ਪੰਜਾਬ 'ਚ ਗੋਲੀਆਂ ਚੱਲਣ ਪੰਜਾਬ ਦੇ ਵਿੱਚ ਕਿਸੇ ਨੂੰ ਮਾਰਿਆ ਜਾਵੇ ਅਸੀਂ ਉਹਨੂੰ ਇਸ਼ੂ ਬਣਾਈਏ ਇਸ਼ੂ ਨਹੀਂ ਤੁਸੀਂ ਕਿਹੜੀ ਧਿਰ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋ ਅੱਛਾ ਕਿਹੜਾ ਬੰਦਾ ਜ਼ਿੰਮੇਵਾਰ ਨਹੀਂ ਕਿਉਂਕਿ ਜਦੋਂ ਤੁਸੀਂ ਰਾਜਨੀਤਿਕ ਗੱਲ ਕਰਦੇ ਹੋ ਤਾਂ ਫਿਰ ਕੌਣ ਹੈ ਕੌਣ ਹੈ ਜੇ ਆਪਾਂ ਕਹੀਏ ਕਿ ਸਾਰੇ ਹੀ ਜ਼ਿੰਮੇਵਾਰ ਨੇ ਨਹੀਂ ਮੇਰੀ ਗੱਲ ਨਹੀਂ ਸੁਣ ਕੌਣ ਜ਼ਿੰਮੇਦਾਰ ਨਹੀਂ ਕਿਆ ਜਦੋਂ ਪੰਜਾਬ ਦੇ ਵਿੱਚ ਟੈਰਿਜ਼ਮ ਆਇਆ ਜਿਸ ਪਾਰਟੀ ਦੇ ਵਿੱਚ ਇੰਨੇ ਸਾਲ ਮੈਂ ਸੇਵਾ ਕੀਤੀ ਬੰਬ ਖਾਧੇ ਗੋਲੀਆਂ ਖਾਧੀਆਂ ਬਚਪਨ ਜਵਾਨੀ ਹਸਪਤਾਲਾਂ 'ਚ ਹੁਣ ਜੀਵਨ ਦਾ ਕਾਂਗਰਸ ਪਾਰਟੀ ਦਾ ਜ਼ਿਕਰ ਕਰ ਹਾਂ ਅਗਲਾ ਹਿੱਸਾ ਜਿਹੜਾ ਚੱਲ ਰਿਹਾ ਹੈ ਅਸੀਂ ਗਲਤ ਕੰਮ ਨਹੀਂ ਕੀਤਾ ਅਸੀਂ ਤਾਂ ਮਜ਼ਲੂਮਾਂ ਦੀ ਰੱਖਿਆ ਕੀਤੀ ਕਿਸੇ ਨੂੰ ਮਾਰਿਆ ਨਹੀਂ ਕਿਸੇ ਨੂੰ ਮਰਵਾਇਆ ਨਹੀਂ ਸਵਾਲ ਇਹ ਹੈ ਉਸ ਵੇਲੇ ਅੱਤਵਾਦੀ ਨੀਂਹ ਰੱਖੀ ਕਿਉਂ ਗਈ ਕਿਹਨੂੰ ਮਾਰਿਆ ਸੀ ਹਰਿਮੰਦਰ ਸਾਹਿਬ ਦੇ ਵਿੱਚ ਕਿੰਨੇ ਮਾਰਿਆ ਸੀ ਹਰਿਮੰਦਰ ਸਾਹਿਬ 'ਚ ਕਿਉਂ ਮਾਰਿਆ ਸੀ ਕਿਤਾਬਾਂ ਤਾਂ ਬੜੀਆਂ ਲਿਖੀ ਗਿਆ ਮੈਂ ਤਾਂ ਮੇਰਾ ਤਾਂ ਸਾਹਮਣੇ ਰਹਿ ਜਾ ਸਵਾਲ ਇਹ ਕਿਸੇ ਵੀ ਕਿਸੇ ਨੂੰ ਵਾੜ ਦਿਓ ਸਦਾ ਰਾਜ ਕਰੋ ਪਾੜੋ ਰਾਜ ਕਰੋ ਕਰਦੇ ਕਰਦੇ ਪੰਜਾਬ ਬਰਬਾਦ ਹੋ ਗਿਆ 36 ਰਾਜ ਕਾਂਗਰਸ ਦੀ ਨੀਤੀ ਸੀ ਤੁਹਾਡੀ ਜੋ ਵੀ ਪੋਲੀਟੀਕਲ ਪਾਰਟੀ ਜੇ ਤੁਸੀਂ ਖੁੱਲ ਕੇ ਕਹਿ ਦਿਓ ਮੈਂ ਖੁੱਲ ਕੇ ਕਿ ਜਦੋਂ ਗੱਲਾਂ ਕਰ ਰਿਹਾ ਮੈਂ ਜਦੋਂ ਆਪਾਂ ਜ਼ਿਕਰ ਕਰਨ ਹੀ ਲੱਗਦੇ ਫਿਰ ਪਰਦਾ ਕਰ ਲੈ ਮੈਂ ਕਿਹੜੀ ਇਲੈਕਸ਼ਨ ਲੜਨੀ ਹੈ ਜਾਂ ਮੈਂ ਚੀਫ ਮਿਨਿਸਟਰ ਬਣਨਾ ਹੈ ਤਾਂ ਹੀ ਤਾਂ ਤੁਹਾਡੇ ਤੋਂ ਐਕਸਪੈਕਟ ਕਰਦੇ ਆ ਨਾ ਜਿੰਨਾ ਕਿ ਮੈਂ ਬੋਲ ਸਕਦਾ ਮੈਂ ਬੋਲਦਾ ਮੈਂ ਤੁਹਾਨੂੰ ਹਕੀਕਤ ਦੱਸਦਾ ਸਵਾਲ ਸਭ ਤੋਂ ਵੱਡਾ ਇਹ ਹੈ 36,000 ਬੇਗੁਨਾਹ ਦਾ ਕਤਲੇਆਮ 19,000 ਹਿੰਦੂ ਭਰਾਵਾਂ ਦਾ ਕਤਲੇਆਮ ਖੂਨ ਦੀਆਂ ਨਦੀਆਂ ਪਈਆਂ ਪੰਜਾਬ ਦੇ ਮੁੰਡੇ ਸਾਰੇ ਨੌਜਵਾਨ ਬਾਹਰ ਚਲੇ ਗਏ ਪਿੰਡਾਂ ਦੇ ਪਿੰਡਾਂ 'ਚ ਖਾਲੀ ਹੋ ਗਏ ਬਾਕੀ ਨਾਰਕੋ ਟੈਰਿਜ਼ਮ ਆਇਆ ਅਸੀਂ 40 ਸਾਲਾਂ ਦੇ ਵਿੱਚ ਪੰਜਾਬ ਦੀਆਂ ਪੋਲੀਟੀਕਲ ਪਾਰਟੀਆਂ ਨੇ 36,000 ਲੋਕਾਂ ਦਾ ਖੂਨ ਪੈਣ ਤੋਂ ਬਾਅਦ ਹਿੰਦੂ ਵੀ ਮੁਸਲਮਾਨ ਵੀ ਸਿੱਖ ਤੁਹਾਨੂੰ ਲੱਗਦਾ ਕਦੇ ਮੁੱਕਿਆ ਟੈਰਿਜ਼ਮ ਕਦੇ ਮੁੱਕਿਆ ਪੰਜਾਬ ਸੀ ਬਿਲਕੁਲ ਮੁੱਕਿਆ ਸੀ ਜਦੋਂ ਕਿਹੜੇ ਟੈਨਿਓਰ ਨੂੰ ਤੁਸੀਂ ਸੇਫ ਮੰਨਦੇ ਜਦੋਂ ਚੀਫ ਮਿਨਿਸਟਰ ਸਰਦਾਰ ਬੇਅੰਤ ਸਿੰਘ ਸੀ ਉਦੋਂ ਅਮਨ ਸ਼ਾਂਤੀ ਆਇਆ ਕੁਝ ਸਮਾਂ ਬਰਾੜ ਦੇ ਵੇਲੇ ਵੀ ਆਇਆ ਕੁਝ ਸਮਾਂ ਰਿਹਾ ਉਸ ਤੋਂ ਬਾਅਦ
कुछ नेतावान ने, मैं हूँ ना याद नहीं, कुछ नेतावान ने जो छड़ने शुरू किए बंदे बंदे साड़ी पार्टी दे सी छड़ने शुरू किए भी एदा आ फायदा मिलेगा आदा आ फायदा मिलेगा नी रखते 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 नी फिर दोबारा एहो जी रखती अज फिर असि उस हालात ते पहुंच गए कि बॉर्डर तो कभी ड्रोन आउंदा देखिया नहीं सो थोड़ा गिला आपकी पार्टी नाल है जे मेरे वांगू राजनीति छड के कोई होर बोलेगा वो मेरे तो भी शायद ज्यादा गर्म बोले बंब किन्ने खादे तुसी दसो पंजाब च इन्ना कोई सुरक्षा किन्ने बंब खादे किन्ने खादे मैं किन्ने खादे चौरा बार हमले से हुण एरी मैं तुहानू तसल्ली करावा शरीर मेरा टुटे है एरी तसल्ली करावा नहीं तुहाडे सामने ने लीडर दा बयान दा नहीं सामने बयान की एक एक बयान है ये तुहाडा कोई सवाल पूछण वाला पूछना भी सवाल दी गल नहीं सवाल तुहाडे ते ए सवाल चक्के जांदे मैं ता पूछ नहीं मैनू कहो मैनू तुसी बुलाया कि मैं तुहानू कहा मेरी इंटरव्यू लो बिल्कुल नहीं मैनू तुसी बुलाया मैं नहीं असी ते साडे मेहमान हो तुसी नहीं बुलाया ते मैं आया मैं नहीं इंटरव्यू देन जांदा किते मेरे कोल पूरे देश च बहुत वड्डा काम है ये कोई सवालां दा जवाब नहीं तुसी उस बंदे नूं सवाल पूछदे हो जिहड़े नाल 70 बंदे शहीद हो गए पोलिटिकल तौर ते जानबाजी हुंदी है असी सवाल पूछणे मैं नहीं तुसी सवाल सुरक्षा दे सवाल करो मैं चुप करके हां कह दूं नहीं मैं ना लैना सिमरनजीत मान ने थोड़े ते बहुत बारी सवाल सिमरनजीत सिंह मान दा सवाल मेरे ते करना सिमरनजीत सिंह मान नूं पुछना चाहुंदा तू मैनूं मरवाना चाहुंदा ना तुसी अग्गे जिहड़ी दिल्ली च मेरे ते बंब अटैक होया एक महीना पहलो तीन दिन पहलो सुरक्षा हटी गल ही समझी आ जिहड़ा तुहाडा सवाल है ना राजीव गांधी का कतल क्यों होया जेड़ा हरनेक सिंह सी खेमकर दे विच उहदा कतल क्यों होया सुरक्षा हटी ते होया तुसी साडे वर्गे बंदिआं नूं भेडां बकरियां समझदे जिहड़े अतवादी ने ਉਹਨਾਂ ਨੂੰ ਤੁਸੀਂ ਫੇਵਰ ਕਰਨਾ ਚਾਹੁੰਦੇ ਹੋ ਮੈਂ ਜੇ ਤੁਹਾਨੂੰ ਅਸੀਂ ਕਿਸੇ ਨੂੰ ਫੇਵਰ ਨਹੀਂ ਕਰਦੇ ਜੀ ਮੈਂ ਜੇ ਅਸੀਂ ਬਿੱਟਾ ਜੀ ਅਸੀਂ ਕਿਉਂ ਫੇਵਰ ਕਰਾਂਗੇ ਅਸੀਂ ਤੇ ਚਾਹੁੰਦੇ ਆ ਤੁਹਾਨੂੰ ਹੋਰ ਮਿਲੇ ਬਾਕੀਆਂ ਨੂੰ ਹੋਰ ਮੈਨੂੰ ਨਹੀਂ ਚਾਹੀਦੀ ਸੁਰੱਖਿਆ ਮੈਂ ਤੰਗ ਆ ਚੁੱਕਾ ਇਹਨਾਂ ਚੀਜ਼ਾਂ ਤੋਂ ਮੈਂ ਜੇ ਤੁਹਾਨੂੰ ਇਹ ਸਵਾਲ ਪੁੱਛਾਂ ਤੁਸੀਂ ਇਹ ਸਵਾਲ ਬੱਬਰ ਖਾਲਸਾ ਤੇ ਖਾਲਿਸਤਾਨ ਕਮਾਂਡੋ ਫੋਰਸ ਤੇ ISI ਦੇ ਕਹਿਣ ਤੇ ਪੁੱਛ ਰਹੇ ਤਾਂ ਤੁਹਾਨੂੰ ਕਿੱਦਾਂ ਦਾ ਲੱਗੂ ਚਲੋ ਤਾਂ ਤੁਹਾਡੇ ਮਰਜ਼ੀ ਪੁਆਇੰਟ ਲੈ ਲਓ ਪੁਆਇੰਟ ਇਹ ਹੈ ਕਿ ਦੇਖੋ ਲੋਕਤੰਤਰ ਹੈ ਜੇ ਤੁਸੀਂ ਵੀ ਕਹਿ ਸਕਦੇ ਹੋ ਅਸੀਂ ਉਹਦਾ ਜਵਾਬ ਦੇਣਾ ਕਿ ਨਹੀਂ ਜੀ ਸਾਡੇ ਕੋਲ ਐਵੇਂ ਨਹੀਂ ਤੇ ਮੈਂ ਵੀ ਬਸ ਠੀਕ ਹੈ ਮੈਂ ਵੀ ਸਿਮਰਨਜੀਤ ਸਿੰਘ ਮਾਨ ਦਾ ਉਹਨਾਂ ਨੇ ਜ਼ਿਕਰ ਕਰ ਦਿੱਤਾ ਸਿਮਰਨ ਜਿਹੜਾ ਜਵਾਬ ਦਿੱਤਾ ਜੋ ਉਹਨਾਂ ਨੂੰ ਜਾਣ ਤੇ ਸਿਮਰਨਜੀਤ ਸਿੰਘ ਮਾਨ ਜਿਹੜਾ ਸਵਾਲ ਦਾ ਜਵਾਬ ਪੁੱਛ ਰਿਹਾ ਹੈ ਜਿਨੇ ਭਗਤ ਸਿੰਘ ਨੂੰ ਅਤਵਾਦੀ ਕਹਿਤਾ ਉਹ ਮੇਰੇ ਤੇ ਸਵਾਲ ਪੁੱਛਿਆ ਤੇ ਉਹਨਾਂ ਦੇ ਲਿੰਕ ਕਿੱਥੇ ਨੇ ਖਾਲਿਸਤਾਨ ਦੇ ਨਾਰੇ ਲਾਉਣ ਵਾਲੇ ਹਿੰਦੁਸਤਾਨ ਨੂੰ ਤੋੜਨ ਵਾਲੇ ਪੰਜਾਬ ਦੀ ਧਰਤੀ ਨੂੰ ਤੋੜਨ ਵਾਲੇ ਉਹ ਮੇਰੇ ਤੇ ਸਵਾਲ ਉਠਾ ਉਹਨਾਂ ਨੇ ਕਹਿੰਦੇ ਤੁਸੀਂ ਇਹ ਜਵਾਬ ਦੇਣਾ ਜਿਹੜਾ ਤੁਸੀਂ ਜਵਾਬ ਦੇਣਾ ਉਹਨਾਂ ਤੱਕ ਪਹੁੰਚ ਰਿਹਾ ਹੋਵੇਗਾ ਮੇਰੇ ਕੋਲ 3 ਘੰਟੇ ਜਵਾਬ ਮੰਗੋ ਸੁਰੱਖਿਆ ਦੇ ਦੱਸੋ ਕਿੰਨੇ ਬੰਦੇ ਸ਼ਹੀਦ ਹੋਏ ਤੁਸੀਂ ਹੀ ਚਾਹੁੰਦੇ ਕਿ ਸਿਮਰਨਜੀਤ ਸਿੰਘ ਮਾਨ ਜੇ ਅਗਰ ਸਵਾਲ ਕੋਈ ਚੁੱਕਣ ਅਸੀਂ ਨਾ ਪੁੱਛੀਏ ਤੁਸੀਂ ਇਹ ਚਾਹੁੰਦੇ ਹੋ ਕਿ ਜੇ ਮਾਨ ਕੋਈ ਸਵਾਲ ਕਰ ਰਹੇ ਨੇ ਮੌਜੂਦਾ MP ਨੂੰ ਸਵਾਲ ਨਾ ਪੁੱਛੀਏ ਮੇਰੀ ਗੱਲ ਸੁਣੋ ਮੀਡੀਆ ਕੀ ਹੈ ਕੋਈ ਸਾਡੇ ਕੋਲੇ ਰੋਜ਼ ਅਸੀਂ ਕੀ ਕਰਦੇ ਆ ਅੱਜ ਇੱਕ ਬਿਆਨ ਆਇਆ ਅਸੀਂ ਉਹਦੇ ਰਿਐਕਸ਼ਨ ਦੂਜੇ ਬੰਦਿਆਂ ਤੋਂ ਲੈ ਕੇ ਜੀ ਤੁਹਾਡੇ ਬਾਰੇ ਫਲਾਣਾ ਬੰਦਾ ਐ ਕਹਿ ਰਿਹਾ ਅਸੀਂ ਤਾਂ ਨਹੀਂ ਕਹਿ ਰਹੇ ਨਾ ਆਪਾਂ ਕੋਈ ਇਲਜ਼ਾਮ ਹੈ ਰਿਐਕਸ਼ਨ ਉਹ ਹੁੰਦਾ ਹੈ ਅਸੀਂ ਤੇ ਇੱਕ ਸੋਰਸ ਹੈ ਇਨਫੋਰਮੇਸ਼ਨ ਸੋਰਸ ਹੈ ਪਾਸ ਆਨ ਦਾ ਰਿਐਕਸ਼ਨ ਉਹ ਹੁੰਦਾ ਹੈ ਜਿਨੇ MLA ਦੀ MP ਦੀ ਇਲੈਕਸ਼ਨ ਲੜ ਕੇ ਮਿਨਿਸਟਰ ਬਣਨਾ ਜਾਂ ਧਰਮ ਦੀ ਠੇਕੇਦਾਰੀ ਕਰਨੀ ਹੈ ਆਪਾਂ ਤਾਂ ਬੋਨਸ ਤੇ ਮਰ ਚੁੱਕੇ ਆਪਾਂ ਨਹੀਂ ਐਦਾਂ ਨਹੀਂ ਟੋਕਣਾ ਨਹੀਂ ਆਪਾਂ ਬੋਨਸ ਤੇ ਤਾਂ ਮਰ ਚੁੱਕੇ ਆਪਣਾ ਤਾਂ ਜੀਵਨ ਬੋਨਸ ਹੈ ਜੇ ਤੁਸੀਂ ਚਾਹੁੰਦੇ ਹੋ ਨਹੀਂ ਜੇ ਤੁਸੀਂ ਕੰਮ ਕਰ ਰਹੇ ਹੋ ਤਾਂ ਬੋਨਸ ਤੁਸੀਂ ਇਸ ਵੇਲੇ ਮੇਰੀ ਗੱਲ ਤਾਂ ਸੁਣੋ ਤੁਸੀਂ ਇਸ ਵੇਲੇ ਐਂਟੀ ਟੈਰਰਿਜ਼ਮ
ਆਰਗੇਨਾਈਜੇਸ਼ਨ ਚਲਾ ਰਹੇ ਹੋ ਉਹਦੇ ਉਹਦੇ ਖਿਲਾਫ ਕੰਮ ਕਰ ਰਹੇ ਹੋ ਨਾ ਉਹਦੇ ਉਹਦੇ ਜਿਹੜੀ ਐਕਟੀਵਿਟੀਜ਼ ਹੋ ਰਹੀ ਹੈ ਕਰ ਰਿਹਾ ਮੈਂ ਪੂਰੇ ਦੇਸ਼ 'ਚ ਜਾਣਾ ਮੈਂ ਸ਼ਹੀਦ ਪਰਿਵਾਰ ਦੇ ਸ਼ਹੀਦ ਪਰਿਵਾਰਾਂ ਦੇ ਬੋਨਸ ਵਾਲੀ ਜੇ ਬੋਨਸ ਵਾਲੀ ਦੇ ਵਿੱਚ ਇੰਨਾ ਕੰਮ ਕਰ ਰਹੇ ਹੋ ਤੇ ਫਿਰ ਤਾਂ ਚੰਗੀ ਗੱਲ ਹੈ ਤਾਂ ਹੋਰ ਲੋਕਾਂ ਨੂੰ ਅੱਗੇ ਆਉਣਾ ਚਾਹੀਦਾ ਅਫਜ਼ਲ ਨੂੰ ਫਾਂਸੀ ਕਿੰਨੇ ਦਵਾਈ ਮੈਡਲ ਕਿੰਨੇ ਲੁਟਵਾਏ ਪਰਿਵਾਰਾਂ ਨਾਲ ਫਾਂਸੀ ਤੇ ਕਿੰਨੇ ਚੜਵਾਇਆ ਅਸੀਂ ਪਰਿਵਾਰਾਂ ਦੇ ਨਾਲ ਮਿਲ ਕੇ ਇੱਕ ਮਿਸ਼ਨ 'ਚ ਕੰਮ ਕੀਤਾ ਜਾਂ ਤੇ ਪੰਜਾਬ 'ਚ ਆ ਕੇ ਪੋਲੀਟਿਕਸ ਕਰਦੇ ਪੰਜਾਬ 'ਚ ਆ ਕੇ MP ਦੀ ਇਲੈਕਸ਼ਨ ਲੜਦੇ ਕਈ MP ਦੀਆਂ ਟਿਕਟਾਂ ਮਿਲੀਆਂ ਕਈ MLA ਦੀਆਂ ਮਿਲੀਆਂ ਕਈ ਲਾੜੇ ਦਿੱਤੇ ਗਏ ਸਾਰੇ ਛੱਡ ਦਿੱਤੇ ਜਿਹੜਾ ਇਨਸਾਨ ਇੱਕ ਗੱਲ ਯਾਦ ਰੱਖੋ ਤੁਸੀਂ ਪੱਤਰਕਾਰ ਹੋ ਮੇਰਾ ਅਨੁਭਵ ਤੁਹਾਡੇ ਤੋਂ ਜ਼ਿਆਦਾ ਹੈ ਮੇਰਾ ਬਿਲਕੁਲ ਜ਼ਿਆਦਾ ਮੇਰਾ ਜ਼ਿਆਦਾ ਕਦੀ ਵੀ ਜਿਹੜਾ ਬੰਦਾ ਪੋਲੀਟਿਕਸ ਨਹੀਂ ਕਰਦਾ ਉਹਨੂੰ ਵਾਚੋ ਉਹਨੂੰ ਰਿਸਰਚ ਕਰੋ ਕਿ ਇਹ ਬੰਦੇ ਨੇ ਚੀਜ਼ ਤੁਹਾਨੂੰ ਕਦੇ ਆਫਰ ਹੋਈ ਪੋਲੀਟਿਕਸ ਚਾਹੁੰਦੀ ਦੀ ਅਰੇ 96 ਦੇ ਵਿੱਚ ਬੇਅੰਤ ਸਿੰਘ ਜੀ ਦੀ ਸ਼ਹਾਦਤ ਤੋਂ ਬਾਅਦ ਮੈਨੂੰ ਚੀਫ ਮਿਨਿਸਟਰ ਦੀ ਆਫਰ ਹੋਈ ਮੈਂ ਛੱਡੀ ਮੁੜ ਕੇ ਦਿੱਲੀ ਦੇ ਵਿੱਚ BJP ਨੇ ਵੈਸਟ ਦਿੱਲੀ ਤੋਂ ਟਿਕਟ ਦਿੱਤੀ ਛੱਡੀ ਤੁਹਾਡੇ ਚਾਨਣਾ ਤੇ ਆਇਆ ਉਸ ਤੋਂ ਬਾਅਦ ਕਾਂਗਰਸ ਨੇ ਕੋਸ਼ਿਸ਼ ਕੀਤੀ ਰਾਜ ਸਭਾ ਦੀ ਕੋਸ਼ਿਸ਼ ਕੀਤੀ ਜਿਸ ਬੰਦੇ ਦਾ ਇੰਟਰਸਟ ਕਿਉਂ ਨਹੀਂ ਤੁਹਾਨੂੰ ਐਡੀ ਮਾੜੀ ਲੱਗਦੀ ਪੋਲੀਟਿਕਸ ਨਹੀਂ ਚੀਫ ਮਿਨਿਸਟਰ ਤਾਂ ਬਹੁਤ ਵੱਡਾ ਹੁੰਦਾ ਜੀ ਗੰਦੀ ਹੈ ਪੋਲੀਟਿਕਸ ਨਹੀਂ ਜਿਹੜੇ ਤੁਸੀਂ ਪਰਿਵਾਰਾਂ ਦਾ ਜ਼ਿਕਰ ਕਰ ਰਹੇ ਹੋ ਜੇ ਤੁਸੀਂ ਚੀਫ ਮਿਨਿਸਟਰ ਬਣ ਗਏ ਹੁੰਦੇ ਸ਼ਹੀਦਾਂ ਦੇ ਪਰਿਵਾਰਾਂ ਦੇ ਲਈ ਜਾਂ ਜਿਹੜੇ ਐਸੀ ਐਲੀਮੈਂਟਸ ਨੇ ਜਿਹੜੇ ਪੰਜਾਬ ਦੇ ਦੇਸ਼ ਦਾ ਮਾਹੌਲ ਜ਼ਿਆਦਾ ਕੰਮ ਕਰ ਪਾਉਂਦੇ ਉਹਨਾਂ ਲਈ ਜ਼ਿਆਦਾ ਕੰਮ ਹੋ ਰਿਹਾ ਹੁੰਦਾ ਕਾਮਯਾਬੀ ਨਰਿੰਦਰ ਮੋਦੀ ਜੀ ਆਏ ਜੋ ਸਾਡਾ ਮਿਸ਼ਨ ਸੀ ਬਚਪਨ ਤੋਂ ਜਿਸ ਲਈ ਅਸੀਂ ਕੰਮ ਕੀਤਾ ਸੀ ਖੂਨ ਪਸੀਨੇ ਦੇ ਨਾਲ ਪੈਸੇ ਲੈ ਕੇ ਵਿਚਾਰਿਆਂ ਦੀ ਮਦਦ ਕੀਤੀ ਖੜਾ ਕੀਤਾ ਉਹ ਨਰਿੰਦਰ ਮੋਦੀ ਜੀ ਨੇ ਆ ਕੇ ਉਹਨਾਂ ਨੂੰ ਪੂਰਾ ਕੀਤਾ ਹਰ ਪਰਿਵਾਰ ਨੂੰ 1-1 ਕਰੋੜ ਰੁਪਇਆ ਦਿੱਤਾ ਜਾਂਦਾ ਹਰਭਜਨ ਮਾਨ ਜੀ ਨੇ ਹੁਣ 1 ਕਰੋੜ ਰੁਪਇਆ ਦਿੱਤਾ ਅਤੇ ਇੱਕ ਸਾਡਾ ਸੰਘਰਸ਼ ਸੀ ਉਹ ਸੰਘਰਸ਼ ਕਾਮਯਾਬੀ ਸੋਸ਼ਲ ਵਰਕਰ ਨੂੰ ਸੋਸ਼ਲ ਵਰਕਰ ਰਹਿਣਾ ਚਾਹੀਦਾ ਜੇ ਮੂਸੇ ਵਾਲੇ ਦੀ ਗੱਲ ਕਰੀਏ ਜੇ ਉਹ ਸ਼ਾਇਦ ਰਾਜਨੀਤੀ 'ਚ ਨਾ ਆਉਂਦੇ ਸ਼ਾਇਦ ਸਾਡੇ ਕੋਲ ਜਿਉਂਦਾ ਰਹਿੰਦੇ ਹੋ ਸਕਦਾ ਪੋਲੀਟੀਕਲ ਅੱਛਾ ਤੁਹਾਨੂੰ ਵੀ ਇਹ ਲੱਗਦਾ ਕਿ ਜੇ ਤੁਸੀਂ ਰਾਜਨੀਤੀ 'ਚ ਚਲੇ ਜਾਂਦੇ ਤਾਂ ਸ਼ਾਇਦ ਸਵਾਲ ਪੁੱਛਿਆ ਕਿ ਤੁਹਾਡੇ ਤੇ ਇੰਨੇ ਬੰਬ ਚੱਲੇ ਤੇ ਤੁਹਾਨੂੰ ਡਰ ਨਹੀਂ ਲੱਗਦਾ ਮੈਂ ਕਿਹਾ ਨਹੀਂ ਮੌਤ ਮੇਰੀ ਯਾਰ ਹੈ ਜਦੋਂ ਬੰਬਾਂ ਗੋਲੀਆਂ ਨਾਲ ਜਾਵਾਂਗਾ ਸਾਡੇ ਬੱਚੇ ਵੀ ਕਹਿਣਗੇ ਸਾਡਾ ਪਿਤਾ ਦੇਸ਼ ਲਈ ਸ਼ਹੀਦ ਹੋਇਆ ਯਾਰ ਦੋਸਤ ਵੀ ਕਹਿਣਗੇ ਸਾਡਾ ਦੋਸਤ ਦੇਸ਼ ਲਈ ਸ਼ਹੀਦ ਹੋਇਆ ਮੈਂ ਕਿਹਾ ਇੱਕ ਚੀਜ਼ ਤੋਂ ਡਰਦਾ ਕਹਿੰਦਾ ਕਿਹੜੀ ਮੈਂ ਕਿਹਾ ਰਾਜਨੀਤਿਕ ਆਤੰਕਵਾਦ ਤੋਂ ਗਿਰੀ ਹੋਈ ਰਾਜਨੀਤੀ ਤੋਂ ਡਰਦਾ ਜਿੱਦਣ ਬੰਬਾਂ ਗੋਲੀਆਂ ਤੋਂ ਗਿਆ ਸ਼ਹੀਦ ਕਰਾਵਾਂਗਾ ਜਿੱਦਣ ਗੰਦੀ ਰਾਜਨੀਤੀ ਤੋਂ ਮੌਤ ਹੋਈ ਇਹ ਮੌਤ ਜਾਨਵਰ ਤੇ ਇਨਸਾਨ ਦੀ ਆਮ ਸੜਕ ਤੇ ਜਾਂਦੇ ਕਿਸੇ ਨੂੰ ਥਰੈਟ ਆਉਂਦੇ ਮੈਂ ਥਰੈਟ ਉੱਠਦੀ ਜਿਹੜੇ ਦੂਜੇ ਲੋਕ ਰੌਲਾ ਪਾਉਂਦੇ ਮੈਨੂੰ ਖਤਰਾ ਮੈਨੂੰ ਮੈਂ ਇਹਨਾਂ ਚੀਜ਼ਾਂ ਦੀ ਪਰਵਾਹ ਨਹੀਂ ਕਰਦਾ ਮੈਂ ਲੋਕਾਂ ਨੂੰ ਕਹਾਂ ਸਰਕਾਰਾਂ ਨੂੰ ਕਹਾਂ ਮੈਨੂੰ ਖਤਰਾ ਮੈਨੂੰ ਥਰੈਟ ਆਇਆ ਦੇਖੋ ਜੀ ਗੱਲ ਸੁਣੋ ਮੈਨੂੰ ਕੋਈ ਮੋਬਾਈਲ ਤੇ ਅੱਜ ਤੱਕ ਆਇਆ ਅਫਜ਼ਲ ਦੇ ਵੇਲੇ ਆਇਆ ਜਾਂ ਜਦੋਂ ਤਿਰੰਗਾ ਝੰਡਾ 1983 ਚ ਲਹਿਰਾਉਣਾ ਸੀ ਅੰਮ੍ਰਿਤਸਰ ਦੇ ਵਿੱਚ ਜਦੋਂ ਅੰਦਰ ਸਭ ਬੰਦੂਕਾਂ ਲੈ ਕੇ ਸੀ ਉਦੋਂ ਆਇਆ ਸੀ ਮੈਨੂੰ ਕਦੀ ਮੇਰੇ ਫੋਨ ਦੇ ਉੱਤੇ ਕਿਸੇ ਦੀ ਹਿੰਮਤ ਨਹੀਂ ਕਿ ਮੈਨੂੰ ਕੋਈ ਥਰੈਟ ਕਰਦੇ ਇਹ ਜਿਹੜੇ ਰੋਜ਼ ਕਹਿੰਦੇ ਨੇ ਸਾਨੂੰ ਥਰੈਟ ਆਏ ਪਤਾ ਨਹੀਂ ਕਿਹੜੇ ਖਾਤੇ 'ਚੋਂ ਥਰੈਟ ਆਉਂਦੇ ਨੇ ਇਹ ਥਰੈਟ ਹੁੰਦੇ ਨੇ ਸਰਕਾਰਾਂ ਦੇ ਕੋਲ ਇਸੇ ਨਾਲ ਜੁੜਿਆ ਆਪਾਂ ਸਿਕਿਉਰਿਟੀ ਤੇ ਗੱਲ ਕਰ ਰਹੇ ਸੀ ਤੁਸੀਂ ਥੋੜਾ ਜਿਹਾ ਦੂਜੇ ਪਾਸੇ ਲੈ ਗਏ ਕੀ ਤੁਸੀਂ ਸਮਝਦੇ ਹੋ ਇਮਾਨਦਾਰੀ ਨਾਲ ਕਿ ਅੱਜ ਪੰਜਾਬ ਦੇ ਵਿੱਚ ਇੱਕ ਸਿਕਿਉਰਿਟੀ ਕਲਚਰ ਵੀ ਪੈਰਲਲ ਖੜਾ ਹੋ ਗਿਆ ਔਰ ਹਰ ਬੰਦਾ ਕੋਈ ਸੋਸ਼ਲ ਮੀਡੀਆ ਤੇ ਆ ਕੇ ਕਿਸੇ ਵੀ ਤਰ੍ਹਾਂ ਦੀ ਬਿਆਨਬਾਜ਼ੀ ਕਰਦੇ ਹੋ ਕਿਸੇ ਧਰਮ ਨੂੰ ਗਾਲਾਂ ਕੱਢਦੇ ਹੋ ਤਾਂ ਕਿ ਸਾਨੂੰ ਸਿਕਿਉਰਿਟੀ ਮਿਲ ਜੇ ਅੱਜ ਦਾ ਇਸ ਚੀਜ਼ ਨੂੰ ਸਮਝ ਨਹੀਂ ਇਹ ਬੜਾ ਤੁਸੀਂ ਵਧੀਆ ਸਵਾਲ ਪੁੱਛਿਆ ਪੰਜਾਬ 'ਚ ਸੁਰੱਖਿਆ ਇੱਕ ਤਮਾਸ਼ਾ ਬਣ ਕੇ ਰਹਿ ਗਿਆ ਅੱਜ ਦਾ ਨਹੀਂ ਕਾਫੀ ਸਾਲਾਂ ਤੋਂ ਠੀਕ ਹੈ ਔਰ ਸੁਰੱਖਿਆ ਬਗੈਰ ਕੋਈ ਰਹਿਣਾ ਵੀ ਨਹੀਂ ਚਾਹੁੰਦਾ ਔਰ ਉਹਦੇ ਉੱਤੇ ਬਿਆਨਬਾਜ਼ੀਆਂ ਹੁੰਦੀਆਂ ਨੇ ਬਿਆਨਬਾਜ਼ੀਆਂ ਹੁੰਦੀਆਂ ਮੈਂ ਪਿਛਲੀ ਵਾਰੀ ਵੀ ਤੁਹਾਡੇ ਚੈਨਲ 'ਚ ਕਿਹਾ ਸੀ ਜਿੱਦਣ ਸੈਂਟਰ ਗੌਰਮੈਂਟ ਸਟੇਟ ਗੌਰਮੈਂਟ ਪੰਜਾਬ ਦੇ ਵਿੱਚ ਇੱਕ ਸਖਤ ਕਾਨੂੰਨ ਬਣਾ ਦੇਵੇਗੀ ਕਿ ਜਿਹੜਾ ਪੰਜਾਬ ਨੂੰ ਅੱਗ ਲਾਵੇ ਬਿੱਟਾ ਲਾਵੇ ਪਰਚਾ ਦਰਜ ਕੋ ਹੋਰ ਲਾਵੇ ਜੇਲ੍ਹ ਦੇ ਅੰਦਰ ਪਰ 2 ਸਾਲ ਬਾਹਰ ਨਾ ਆਵੇ ਲਓ ਪੰਜਾਬ ਦਾ ਮਾਹੌਲ ਨਾ ਠੀਕ ਹੋਵੇ ਮੈਨੂੰ ਫੜ ਲੈਣਾ ਸੁਰੱਖਿਆ ਦੇ ਨਾਂ ਤੇ ਵੀ ਪੰਜਾਬ ਦੇ ਵਿੱਚ ਹੁਣ ਵੀ ਸਰਕਾਰ ਕਹਿ ਰਹੀ ਹੈ ਨਹੀਂ ਜੋ ਪਰਚੇ ਹੋ ਰਹੇ ਹਨ ਜੋ ਸੱਚ ਹੈ ਜੋ ਸੱਚ ਹੈ ਪਰ ਇਹ ਨਹੀਂ ਮਤਲਬ ਠੀਕ ਹੈ ਤੁਸੀਂ ਕਹਿੰਦੇ ਹੋ ਜਿਹੜਾ ਕੋਈ ਬੰਦਾ ਗਲਤ ਬੋਲਦਾ ਉਹਨੂੰ ਤੁਰੰਤ ਜੇਲ੍ਹ ਦੇ ਦੇਣਾ ਚਾਹੀਦਾ ਦੇਖੋ ਬੋਲਣ ਦੀ ਆਜ਼ਾਦੀ ਹੈ ਇੱਕ ਭਾਈਚਾਰੇ ਬਾਰੇ ਪਾਰਟਿਕੂਲਰਲੀ ਭੜਕਾਉ ਬਿਆਨਬਾਜ਼ੀ ਦਾ ਜ਼ਿਕਰ ਕਰਨਾ ਕਈਆਂ ਦੇ ਬਿਆਨ ਆਏ ਸਿੱਖ 2% ਜੀ ਸਰਦਾਰ ਕੈਨੇਡਾ 'ਚ ਹੁੰਦੇ ਨੇ ਬੜੇ ਗੰਦੇ ਕਈ ਲੋਕਾਂ ਨੇ ਇਹੋ ਜਿਹੇ ਬਿਆਨ ਦਿੱਤੇ ਪਹਿਲਾਂ ਬਿਆਨ ਨੂੰ ਦੇਖਣ ਲੱਗਿਆ ਦੇਖਣਾ ਚਾਹੀਦਾ ਬੰਦੇ ਦਾ ਵਜ਼ੂਦ ਕੀ ਹੈ ਉਹਦੇ ਕੋਈ ਥੱਲੇ ਲੋਕ ਹੈਗੇ ਨੇ ਤੁਸੀਂ ਆਮ ਹਿੰਦੂ ਆਮ ਸਿੱਖ ਪੰਜਾਬ 'ਚ ਦੇਖ ਲਓ ਰੋਟੀ ਬੇਟੀ ਦਾ ਰਿਸ਼ਤਾ ਹੈ 9 ਮਾਸ ਦਾ ਰਿਸ਼ਤਾ ਹੈ ਜਿਹੜਾ ਕਦੀ ਨਹੀਂ ਟੁੱਟ ਸਕਦਾ ਅਸੀਂ 4 ਲੋਕ ਪੰਜਾਬ ਦੇ ਵਿੱਚ ਕੋ ਪੰਜਾਬ ਤੋਂ ਲਾਗੇ ਸਰਹੱਦਾਂ ਦੇ ਨਾਲ ਨੇ ਜਿਨ੍ਹਾਂ ਦਾ ਇੱਕੋ ਹੀ ਕੰਮ ਹੈ ਗਲਤ ਬਿਆਨ ਦੇਣਾ ਅੰਮ੍ਰਿਤਪਾਲ ਨੇ ਦਿੱਤਾ ਬਿਆਨ ਸੂਰੀ ਦੇ ਮਰਡਰ ਨੂੰ ਕਿਵੇਂ ਦੇਖਦੇ ਹੋ ਦੇਖੋ ਗੱਲ ਇਹ ਹੈ ਇਹ ਕਿਸੇ ਦਾ ਵੀ ਕਤਲ ਕਰਨਾ
ਮਾੜੀ ਗੱਲ ਹੈ ਜੀ। ਕੋਰਟ 'ਚ ਜਾਣਾ ਚਾਹੀਦਾ ਸੀ ਜਦੋਂ ਉਹਨੇ ਮਾੜੇ ਬਿਆਨ ਦਿੱਤੇ ਸੀ, ਕੋਰਟ 'ਚ ਜਾ ਸਕਦੇ ਆ, ਸਾਡੇ ਕੋਲ ਦਰਵਾਜ਼ੇ ਹੈ, ਇਹ ਮਾੜਾ ਕੰਮ ਹੈ। ਪਰ ਮੈਂ ਇੱਕ ਜ਼ਰੂਰ ਕਹਿਣਾ ਚਾਹਾਂਗਾ ਸਾਰਿਆਂ ਨੂੰ ਜੀ, ਸਾਨੂੰ ਸਾਰਿਆਂ ਨੂੰ ਸਬਕ ਸਿੱਖਣਾ ਚਾਹੀਦਾ। ਸਾਨੂੰ ਗਲਤ ਬਿਆਨਬਾਜ਼ੀ, ਚਾਹੇ ਅੰਮ੍ਰਿਤਪਾਲ ਦੀ ਹੋਵੇ ਚਾਹੇ ਸਾਡੇ ਵਰਗੇ ਲੋਕਾਂ ਦੀ ਹੋਵੇ, ਸਾਨੂੰ ਗਲਤ ਬਿਆਨਬਾਜ਼ੀ ਨਹੀਂ ਕਰਨੀ ਚਾਹੀਦੀ। ਮੈਨੂੰ ਪੰਜਾਬ ਦਾ ਇੱਕ ਵੀ ਹਿੰਦੂ ਸਮਾਜ ਦਾ ਜ਼ਿੰਮੇਦਾਰ ਵਿਅਕਤੀ, ਇੱਕ ਵੀ ਜਿਹਨੇ ਕੋਈ ਗਲਤ ਭਾਸ਼ਾ ਦਾ ਪ੍ਰਯੋਗ ਕੀਤਾ ਹੋਵੇ। ਹੁਣ ਗੁਰੂ ਤੇਗ ਬਹਾਦਰ ਮਹਾਰਾਜ ਹਿੰਦ ਦੀ ਚਾਦਰ ਜੀ ਦਾ ਦਿਨ, ਸ਼ੁਭ ਦਿਨ, ਅੱਜ ਵੀ ਕੁਛ ਦਿਨ ਪਹਿਲਾਂ ਵੀ ਮੈਂ ਇੱਕ ਛੋਟੀ ਜਿਹੀ ਗੱਲ ਦੱਸਣਾ, ਅੱਜ ਫੇਸਬੁੱਕ ਚੈੱਕ ਕਰ ਲਓ, ਮੇਰੀ ਫੇਸਬੁੱਕ 'ਤੇ ਦੇਖ ਲਓ, ਪਾਇਆ 2001 ਦਿਨ 'ਚ ਸ਼ੇਅਰ ਹੁੰਦੀ ਵੀਡੀਓ, ਔਰ ਸਾਰੇ ਹਿੰਦੂ ਸਮਾਜ ਨਾਲ ਜੁੜੇ ਨੇ। ਉਹ ਕੀ ਕਮੈਂਟਸ ਕਰਦੇ ਦੇਖ ਲਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਬੋਲੇ ਸੋਹਣੇ ਆਣ ਗੁਰੂ ਨਾ ਹੋਤੇ ਤੋ ਹਮ ਨਾ ਹੋਤੇ। ਹੁਣ ਹਿੰਦੂ ਸਮਾਜ ਦੀਵਾਰ ਤੇ ਟੱਕਰਾਂ ਮਾਰ ਮਾਰ ਥੱਕ ਗਿਆ ਯਾਰ, ਤੁਸੀਂ 19,000 ਸਾਡੇ ਭਰਾ ਵੀ ਮਾਰਤੇ, ਤੁਸੀਂ ਫਿਰ ਸਾਡਾ ਪਿੱਛਾ ਨਹੀਂ ਛੱਡਦੇ। ਹੁਣ ਅੰਮ੍ਰਿਤਪਾਲ ਕਹਿੰਦਾ ਜੀ, ਕੀ ਕਹਿੰਦਾ ਅੰਮ੍ਰਿਤਪਾਲ, ਹਿੰਦੂ ਸਮਾਜ ਤੋਂ ਤੁਸੀਂ ਸਮਾਨ ਨਾ ਲਓ। ਇਹਨਾਂ ਨੇ ਜਨੇਈ ਦੇ ਉੱਤੇ ਚਰਚਾ ਕਰਦਾ ਕਿ ਤੁਸੀਂ ਔਰੰਗਜ਼ੇਬ ਬਣਨਾ ਚਾਹੁੰਦੇ ਹੋ। ਆਹ ਕੱਲ ਗੁਰੂ ਤੇਗ ਬਹਾਦਰ ਮਹਾਰਾਜ ਜੀ ਸ਼ਹਾਦਤ ਦਾ ਦਿਨ, ਕਿਸ ਲਈ? ਕਸ਼ਮੀਰੀ ਪੰਡਤਾਂ ਲਈ ਸ਼ਹਾਦਤ ਦਿੱਤੀ, ਤੇ ਤੁਸੀਂ ਮਾਰਤੇ ਪੰਜਾਬ 'ਚ 19,000। ਤੁਸੀਂ 2022 ਨੂੰ ਕਿਸੇ ਸਾਲ ਨਾਲ ਕੰਪੇਅਰ ਕਰਦੇ ਹੋ? ਤੁਸੀਂ ਕਿਹਾ ਕਿ ਪੰਜਾਬ ਦੇ ਵਿੱਚ ਸਥਿਤੀ ਇਸ ਸਮੇਂ ਖਤਰਨਾਕ ਹੈ, 92 ਦੇ ਨਾਲ, 84 ਦੇ ਨਾਲ ਕੰਪੇਅਰ ਕਰਦੇ ਹੋ, ਉਸ ਦੌਰ ਦੇ ਨਾਲ ਕੰਪੇਅਰ ਕਰਦੇ ਹੋ ਕਿ ਅੱਜ ਉਸ ਤਰ੍ਹਾਂ ਦੀ ਸਥਿਤੀ ਹੈ? ਦੇਖੋ, ਮੈਂ ਗੱਲ ਸੁਣੋ, ਮੈਂ ਕਈ ਗੱਲਾਂ, ਮੇਰਾ ਅਨੁਭਵ ਹੈ, ਮੈਂ ਪਹਿਲਾਂ ਕਹਿ ਦਿੰਦਾ, 26/11 ਦੀ ਘਟਨਾ ਦਾ ਕਰਨਾਲ ਦੀ ਪ੍ਰੈਸ ਕਾਨਫਰੰਸ 'ਚ ਮੈਂ 8 ਮਹੀਨੇ ਪਹਿਲਾਂ ਕਹਿਤਾ ਸਮੁੰਦਰ ਜ਼ਰੀਏ ਟੈਰਰਿਜ਼ਮ ਆਏਗਾ। ਰਾਜੀਵ ਗਾਂਧੀ ਦੀ ਮੌਤ ਉਹਦੀ ਕੋਠੀ ਦੇ ਅੰਦਰ ਆਪਣੇ ਦੋਸਤ ਨੂੰ ਇਹਦੇ ਸੁਰੱਖਿਆ ਦਾ ਅਨੁਭਵ ਕਰਕੇ ਕਹਿਤਾ ਸੀ ਰਾਜੀਵ ਗਾਂਧੀ ਜਿਉਂਦਾ ਨਹੀਂ ਰਹੇਗਾ ਇੱਕ ਦਿਨ ਪਹਿਲਾਂ, ਹੈ ਨਾ। ਮੇਰੇ 'ਤੇ ਹਮਲੇ ਹੋਏ ਦਿੱਲੀ ਦੇ ਵਿੱਚ ਪੁਲਿਸ ਅਧਿਕਾਰੀਆਂ ਨੂੰ ਪਹਿਲਾਂ ਕਹਿਤਾ, ਅੰਮ੍ਰਿਤਸਰ ਹੋਇਆ ਪਹਿਲਾਂ ਕਹਿਤਾ, ਨਰਿੰਦਰ ਮੋਦੀ ਜੀ 'ਤੇ ਪਟਨਾ ਹਮਲਾ ਹੋਇਆ ਉਹਨਾਂ ਨੂੰ 8 ਦਿਨ ਪਹਿਲਾਂ ਚਿੱਠੀ ਮੇਰੀ ਪਹੁੰਚੀ, ਚਿੱਠੀ ਬਾਅਦ 'ਚ ਮੇਰੀ, ਧਿਆਨ ਨਾ ਜਾਣਾ, ਗੁਜਰਾਤ ਪੁਲਿਸ ਦੇ ਬਗੈਰ ਨਾ ਜਾਣਾ, ਤੁਹਾਡੇ 'ਤੇ ਹਮਲਾ ਹੋ ਸਕਦਾ। ਮੈਨੂੰ ਇੱਕ ਸੁਰੱਖਿਆ ਅਨੁਭਵ ਦਾ ਧਿਆਨ ਰਹਿੰਦਾ ਵੀ ਕਿੱਥੇ ਇਹ ਹਾਲਾਤ ਕਿਹੜੇ ਕਿਹੜੀ ਜਗ੍ਹਾ ਦੇ ਉੱਤੇ ਜਾ ਸਕਦੇ। ਅੱਜ ਜੋ ਪੰਜਾਬ ਦੀ ਸਥਿਤੀ ਹੈ, ਜਿਸ ਤਰੀਕੇ ਦਾ 700 ਕਿਲੋਮੀਟਰ ਬਾਰਡਰ ਦਾ ਏਰੀਆ, 700 ਕਿਲੋਮੀਟਰ ਦਾ ਜਾਂ 600 ਕਿਲੋਮੀਟਰ ਦਾ, 700 ਦੇ ਕਰੀਬ ਹੈਗਾ, ਹੁਣ ਉੱਥੇ ਕਿੰਨੀ ਕੁ PSF ਲੱਗ ਸਕਦੀ ਹੈ? ਇਹ ਡਰੋਨ ਦਾ ਜਿਹੜਾ ਕੰਮ ਹੈ, 1.5-2 ਸਾਲ ਦੇ ਵਿੱਚ ਤੇਜ਼ ਹੋਇਆ। ਡੇਲੀ ਨਾਰਕੋ ਟੈਰਰਿਜ਼ਮ, ਡੇਲੀ ਹਥਿਆਰ ਆ ਰਹੇ ਨੇ ਕਿ ਉਹਨੂੰ ਪੰਜਾਬ ਨੂੰ ਖਤਰਾ। ਜਿਹੜੇ ਕਰਨਾਲ ਦੇ ਵਿੱਚੋਂ RDX ਪਕੜਿਆ ਗਿਆ, ਹਥਿਆਰ ਪਕੜੇ ਗਏ, ਟੈਰਰ ਪਕੜੇ ਗਏ, ਕੁਛ ਖੇਤਰਾਂ ਉਹ ਕਿੱਥੇ ਜਾਣੇ ਸੀ? ਉਹ ਜਾਣੇ ਸੀ ਬੰਬੇ, ਉਹ ਜਾਣੇ ਸੀ ਨਦੇੜ ਸਾਹਿਬ, ਉਹ ਜਾਣੇ ਸੀ ਆਂਧਰਾ ਪ੍ਰਦੇਸ਼, ਹੈਦਰਾਬਾਦ ਜਾਣੇ ਸੀ। ਤੋਂ ਕਿੱਡਾ ਵੱਡਾ ਨੈਟਵਰਕ ਉਹਨਾਂ ਦਾ ਹੋ ਚੁੱਕਾ। ਪਰ ਉਹਦੇ ਲਈ ਇੱਕ ਸਭ ਤੋਂ ਵੱਡਾ ਮੇਰਾ ਸਵਾਲ ਹੈ, ਰਾਜਸਥਾਨ ਸਟੇਟ, ਗੁਜਰਾਤ ਸਟੇਟ, ਮੈਨੂੰ BSF ਦੇ ਜਿਹੜੇ ਜਵਾਨ ਨੇ ਬੁਲਾਉਂਦੇ ਨੇ, ਕੁਛ ਔਰਗਨਾਈਜੇਸ਼ਨ ਨੇ, ਇੱਕ RSS ਦੀ ਔਰਗਨਾਈਜੇਸ਼ਨ ਹੈ, ਉਹਦਾ ਨਾਂ ਸੀਮਾ ਸੁਰੱਖਿਆ ਕਲਿਆਣ ਮੰਚ, ਮੈਨੂੰ ਨਹੀਂ ਪਤਾ ਸੀ ਉਹ RSS ਦੀ ਹੈ, ਮੈਨੂੰ ਉਹਨਾਂ ਨੇ ਫੰਕਸ਼ਨਾਂ 'ਚ ਬੁਲਾਇਆ, ਬਾਅਦ 'ਚ ਪਤਾ ਲੱਗਾ। ਉਹਨਾਂ ਨੇ ਕਾਂਗਰਸੀ ਵੀ, BJP ਵਾਲੇ ਵੀ, ਸਾਰੀਆਂ ਪੋਲੀਟੀਕਲ ਪਾਰਟੀਆਂ ਦੇ ਵਰਕਰ ਇਕੱਠੇ ਹੋ ਕੇ, ਜਿਹੜੇ ਬਾਰਡਰਾਂ ਦੇ ਕੋਲ ਉਹਨਾਂ ਦੇ ਘਰ ਨੇ, ਜਿੱਥੇ ਘਰਾਂ ਦੀ ਤਾਦਾਦ ਬੜੀ ਘੱਟ ਹੈ, ਜਿੱਥੇ ਸਕੂਲ ਵੀ ਨਹੀਂ, ਉਹ ਸੀਮਾਵਾਂ ਦੀ ਰੱਖਿਆ ਕਰਦੇ ਨੇ BSF ਨਾਲ। ਉੱਥੇ ਨਾਰਕੋ ਟੈਰਰਿਜ਼ਮ ਵੀ ਫੜਿਆ ਜਾਂਦਾ, ਉੱਥੇ ਹਥਿਆਰ ਵੀ ਬਹੁਤ ਘੱਟ ਫੜੇ ਜਾਂਦੇ ਨੇ। ਤੁਸੀਂ ਦੱਸੋ ਮੈਨੂੰ, ਪੰਜਾਬ ਦੇ ਅੰਦਰ ਕਿਹੜੇ ਬਾਰਡਰ 'ਤੇ ਅਸੀਂ ਆਪਣੀ ਜ਼ਿੰਮੇਦਾਰੀ ਨੂੰ ਨਿਭਾਉਂਦੇ ਹਾਂ? ਕਿਹੜਾ ਪੋਲੀਟੀਸ਼ੀਅਨ ਹੈ ਜਿਹੜਾ ਕਹਿੰਦਾ ਵੀ ਵਰਕਰਾਂ ਨੂੰ ਵੀ ਬਾਰਡਰਾਂ ਦਾ ਧਿਆਨ ਰੱਖੋ? BSF ਅਤੇ ਪੁਲਿਸ ਦਾ ਹੀ ਕੰਮ ਰਹਿ ਗਿਆ, ਸਾਡੀ ਜ਼ਿੰਮੇਦਾਰੀ ਨਹੀਂ ਬਣਦੀ ਕਿ ਅਸੀਂ ਆਪਣੇ ਵਰਕਰਾਂ ਨੂੰ ਕਹੀਏ ਕਿ ਵਰਕਰਾਂ ਤੋਂ ਸਿਰਫ ਵੋਟ ਲੈਣਾ, ਮੰਤਰੀ ਬਣਨਾ, ਨੇਤਾ ਬਣਨਾ? ਵਰਕਰ ਦੀ ਜ਼ਿੰਮੇਦਾਰੀ ਬਣਦੀ ਹੈ ਸੀਮਾਵਾਂ ਦੀ ਰੱਖਿਆ। ਅਸੀਂ ਸੋਨੇ ਹਾਂ, ਉਹ ਜਾਗਦੇ ਨੇ ਸਾਰੀ ਰਾਤ ਕੜਕ ਸਰਦੀ। ਬਿੱਟਾ ਸਾਹਿਬ, ਇੱਥੇ ਤਾਂ ਲੀਡਰਾਂ 'ਤੇ ਇਲਜ਼ਾਮ ਲੱਗ ਜਾਂਦੇ ਨੇ, ਉਹਨਾਂ ਦੀ ਵਰਕਰਾਂ ਨੂੰ ਕੀ ਸੁਨੇਹਾ ਦੇਣਗੇ? ਮੈਂ ਡਾਇਰੈਕਟਲੀ ਨਾਮ ਲੈ ਕੇ, ਕਿਉਂਕਿ ਘੁਮਾਣੀ ਫਿਰਾਣੀ ਨਹੀਂ ਗੱਲ ਬਿੱਟਾ ਜੀ, ਸਿੱਧਾ ਅੰਮ੍ਰਿਤਪਾਲ ਦੇ ਬਿਆਨਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ? ਚਿੰਤਾ ਵਾਲੀ ਗੱਲ ਹੈ? ਇੱਕ ਮਿੰਟ, ਅੰਮ੍ਰਿਤਪਾਲ ਦਾ ਅੰਮ੍ਰਿਤ ਛਕਾਉਣਾ, ਗੁਰੂ ਮਹਾਰਾਜ ਜੀ ਲੜ ਲਾਉਣਾ, ਕੋਈ ਮਾੜਾ ਕੰਮ ਨਹੀਂ, ਇਹ ਸ਼ੁਭ ਕੰਮ ਹੈ। ਠੀਕ ਜੀ, ਪਰ ਇਹ ਕਹਿਣਾ ਮਰ ਜੀਵੜੇ ਬਣੂ, ਇਹ ਕਹਿਣਾ ਵੀ ਹਿੰਦੂ ਭਰਾ ਦੇ ਤੁਸੀਂ ਕਿਸੇ ਦੇ, ਮੈਂ ਤਾਂ ਭਰਾ ਕਹਿਣਾ, ਕਿਸੇ ਦਾ ਤੁਸੀਂ ਸਮਾਨ ਨਹੀਂ ਲੈਣਾ, ਇਹ ਕਹਿਣਾ ਜਨੇਈ ਦੇ ਉੱਤੇ ਚਰਚਾ ਕਰਨੀ, ਮੈਂ ਅੰਮ੍ਰਿਤਪਾਲ ਨੂੰ ਕਹਿਣਾ ਚਾਹੁੰਦਾ, ਔਰੰਗਜ਼ੇਬ ਇਹ ਕੰਮ ਕਰਦਾ ਸੀ? ਜਨੇਊ ਦੇ ਵਿੱਚ ਇੰਨੇ ਹਿੰਦੂ ਲੋਕਾਂ ਦੇ ਸਿਰ ਆਉਣਗੇ ਤੇ ਫਿਰ ਮੈਂ ਰੋਟੀ ਖਾਵਾਂਗਾ, ਤੂੰ ਔਰੰਗਜ਼ੇਬ ਬਣ ਗਿਆ? ਔਰ ਇਸ ਤੋਂ ਪਹਿਲਾਂ ਦੀਆਂ ਅਗਰ ਆਪਾਂ ਗੱਲਾਂ ਕਰੀਏ, ਇੱਦਾਂ ਹੀ ਅੰਮ੍ਰਿਤ ਛਕਾਉਣ ਦੀਆਂ ਗੱਲਾਂ ਪਹਿਲਾਂ ਵੀ ਲੋਕਾਂ ਨੇ ਕੀਤੀਆਂ ਸੀ, ਤੇ ਉਸ ਤੋਂ ਬਾਅਦ ਜਦੋਂ ਭੀੜ ਇਕੱਠੀ ਹੋ ਗਈ, ਦਿਮਾਗ ਚੜ ਗਏ, ਤੇ ਫਿਰ ਖਾਲਿਸਤਾਨ ਦੇ ਨਾਰੇ ਲੱਗ ਗਏ, ਫਿਰ 36,000 ਬੇਗੁਨਾਹਾਂ ਦਾ ਕਤਲੇਆਮ ਹੋਇਆ, ਹੁਣ 19,000 ਹਿੰਦੂ ਭਰਾਵਾਂ ਦਾ ਕਤਲੇਆਮ ਹੋਇਆ, ਅੱਜ ਤੱਕ ਪੰਜਾਬ ਖੜਾ ਨਹੀਂ ਹੋਇਆ, ਪੰਜਾਬ ਦੀ ਜਵਾਨੀ ਬਰਬਾਦ ਹੋ ਗਈ, ਪੰਜਾਬ ਦੇ ਬੱਚੇ ਖੁੱਚੇ ਮੁੰਡੇ
दो एकड़ मावां दे लालां ने वेच के मावां पिता ने कनेडा अमरीका च भेजते ते बाकी नारको टैरम दे बच के जिहड़े बचे खुचे ओह तो वापस लियाउण दी गल करदा ना अमृतपाल कहिंदा कि आपां पंजाब वाले जिहड़े पंजाबी बाहर चले गए वापस लैके आवांगे किहड़े पंजाबी जिहड़े विदेशां च चले गए उन्हां नूं वी वापस घल्लणा इत्थे वापस लैके आउणा ਇਹ ਮੁਹਿੰਮ ਦੇ ਵਿੱਚ ਲੱਗੇ ਹੋਏ ਆ ਕਹਿੰਦਾ ਮੈਂ ਪਹਿਲੇ ਮੈਨੂੰ ਇੱਕ ਗੱਲ ਦੱਸੋ ਤੁਸੀਂ ਅੰਮ੍ਰਿਤਪਾਲ ਨੂੰ ਇਹ ਤੁਹਾਡੇ ਮੀਡੀਆ ਦਾ ਹੀ ਕਲਚਰ ਹੈ ਤੁਸੀਂ ਕਿਉਂ ਅਹਿਮੀਅਤ ਦਿੰਦੇ ਹੋ ਉਹ ਕੀ ਸ਼ੈ ਕੀ ਹੈ ਕੀ ਉਹਨੇ ਦੇਸ਼ ਲਈ ਕੰਮ ਕੀਤਾ ਕੀ ਉਹਨੇ ਧਰਮ ਲਈ ਕੰਮ ਕੀਤਾ ਕਦੀ ਅਤਿੰਦਰਪਾਲ ਜੀ ਦੀ ਗੱਲ ਕੀਤੀ ਜਿਹੜੇ ਕਥਾ ਵਾਚਕ ਨੇ ਕਦੀ ਢੱਡਰੀਆਂ ਵਾਲਾ ਸਾਹਿਬ ਦੀ ਗੱਲ ਕੀਤੀ ਜਿਹੜੇ ਕਥਾ ਵਾਚਕ ਨੇ ਉਹ ਵੀ ਤਾਂ ਕਥਾ ਵਾਚਕ ਨੇ ਉਹ ਵੀ ਤਾਂ ਅੰਮ੍ਰਿਤ ਛਕਾਉਂਦੇ ਨੇ ਹੋਰ ਇਸ ਤਰ੍ਹਾਂ ਕਈ ਨੇ ਜਿਹੜੇ ਅੰਮ੍ਰਿਤ ਛਕਾਉਂਦੇ ਨੇ ਤੁਸੀਂ ਮੈਨੂੰ ਦੱਸੋ ਮੈਂ ਤੁਹਾਨੂੰ ਸਵਾਲ ਪੁੱਛਣਾ ਚਾਹੁੰਦਾ ਅੰਮ੍ਰਿਤਸਰ ਕੀ ਸ਼ੈ ਫਟਾਫਟ ਨਹੀਂ ਅੰਮ੍ਰਿਤਪਾਲ ਦੇ ਨਾਲ ਜੇ ਅੱਜ ਰੋਡੇ ਪਿੰਡ ਦੇ ਵਿੱਚ ਉਹਨਾਂ ਦੀ ਪੱਗ ਸਜਾਈ ਗਈ ਤਾਂ ਬਹੁਤ ਵੱਡਾ ਕੱਟ ਸੀ ਕਿਉਂ ਨਾ ਗੱਲ ਹੋਵੇ ਅੰਮ੍ਰਿਤਪਾਲ ਦੀ ਤੁਸੀਂ ਇਕੱਠ ਨੂੰ ਲੈ ਕੇ ਤੁਸੀਂ ਤੇ ਅਸੀਂ ਭਾਵਕ ਹੋ ਜਾਂਦੇ ਅੱਖਾਂ ਮੀਚ ਲਈਏ ਅੱਖਾਂ ਬੰਦ ਕਰ ਲਈਏ ਕਿ ਅੰਮ੍ਰਿਤਪਾਲ ਜੋ ਕਰ ਰਹੇ ਕਰ ਲੈਣ ਅੱਖਾਂ ਬੰਦ ਕਰ ਲਈਏ ਤੇ ਅੰਮ੍ਰਿਤਪਾਲ ਨੇ ਅਸੀਂ ਤੇ ਬਿੱਟਾ ਜੀ ਜੇ ਉਹ ਕੋਈ ਬਿਆਨ ਐਸਾ ਆਉਂਦਾ ਜਿਹੜਾ ਓਬਜੈਕਸ਼ਨੇਬਲ ਹੈ ਉਹਨੂੰ ਉਸੇ ਤਰੀਕੇ ਨਾਲ ਦਿਖਾਈਦਾ ਕਿ ਉਹਨਾਂ ਨੇ ਓਬਜੈਕਸ਼ਨ ਨੂੰ ਬਿਆਨ ਦਿੱਤਾ ਰੋਜ਼ ਉਹੀ ਚਰਚਾ ਮੈਂ ਉਹੀ ਤਾਂ ਤੈਨੂੰ ਪੁੱਛਣਾ ਚਾਹੁੰਦਾ ਉਹ ਤਾਂ ਤੁਸੀਂ ਅੱਜ ਬੈਠੇ ਹੋ ਤੇ ਆਪਾਂ ਗੱਲ ਕਰ ਰਹੇ ਹਾਂ ਤੁਹਾਡੀਆਂ ਟਿੱਪਣੀਆਂ ਲੋਕੀ ਗੌਰ ਨਾਲ ਸੁਣਦੇ ਆ ਅੰਮ੍ਰਿਤਪਾਲ ਅਗਰ ਖਾਲਿਸਤਾਨ ਦੀ ਗੱਲ ਕਰੇਗਾ ਅੰਮ੍ਰਿਤਪਾਲ ਕਹੇਗਾ ਹਿੰਦੂ ਭਰਾਵਾਂ ਤੋਂ ਸਮਾਨ ਨਾ ਲਓ ਤੇ ਜਿਹੜੇ ਹਿੰਦੁਸਤਾਨ ਦੇ ਵਿੱਚ ਜਿਹੜੇ ਸਰਦਾਰ ਭਰਾ ਸਾਡੇ ਹੋਰ ਨੇ ਕੱਲ ਨੂੰ ਉੱਥੋਂ ਦੇ ਲੋਕ ਕਹਿਣ ਜੀ ਇਹਨਾਂ ਤੋਂ ਸਾਨੂੰ ਕਿੱਦਾਂ ਨਾ ਲੱਗੂ ਮੈਂ ਸਵਾਲ ਪੁੱਛਣਾ ਚਾਹੁੰਦਾ ਦੇਸ਼ ਨੂੰ ਤੋੜਨ ਦੀ ਗੱਲ ਕੌਣ ਕਰਦਾ ਮੈਨੂੰ ਦੱਸਦਾ ਦਿਓ ਇੱਥੇ ਇੰਨੇ ਧਰਮ ਪ੍ਰਚਾਰਕ ਨੇ ਅਤਿੰਦਰਪਾਲ ਜੀ ਦਾ ਨਾਂ ਲਿਆ ਢੱਡਰੀਆਂ ਵਾਲਾ ਸਾਹਿਬ ਦਾ ਨਾਂ ਲਿਆ ਉਹ ਢੱਡਰੀਆਂ ਵਾਲਾ ਜਿਹਨੂੰ ਇਹ ਮਾੜੇ ਸ਼ਬਦਾਂ ਦਾ ਇਸਤੇਮਾਲ ਕਰਦੇ ਨੇ ਜਿਹਨੇ ਲੁੱਚੇ ਸੌਦੇ ਨੂੰ ਠੀਕ ਕਰਨ ਲੱਗਿਆ ਸਿਰਸੇ ਦੇ ਵਿੱਚ 1,00,000 ਦਾ ਇਕੱਠ ਕੀਤਾ ਅੰਮ੍ਰਿਤ ਛਕਾਇਆ ਕੋਈ ਗਿਆ ਕੋਈ ਪੋਲੀਟੀਕਲ ਪਾਰਟੀ ਗਈ ਕੋਈ ਧਰਮ ਦਾ ਲੀਡਰ ਗਿਆ ਇੱਕ ਆ ਤੁਹਾਡਾ ਕਵਰ ਗਰੇਵਾਲ ਜੀ ਉਹਨੂੰ ਮੈਂ ਫਕੀਰ ਦਾ ਰੂਪ ਮੰਨਣਾ ਜਿਹੜਾ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸੰਦੇਸ਼ਾਂ ਨੂੰ ਦਿੰਦਾ ਇਹੋ ਜਿਹੇ ਬੰਦਿਆਂ ਨੂੰ ਚੁੱਕੋ ਜਿਹੜੇ ਲੋਕਾਂ ਨੂੰ ਇੱਕ ਨਵਾਂ ਰਸਤਾ ਦਿੰਦਾ ਉਹ ਅੰਮ੍ਰਿਤਪਾਲ ਨੇ ਕੀਤਾ ਕੀ ਮੈਨੂੰ ਦੋਨੋਂ ਦੱਸ ਦਿਓ ਵੀ ਅੰਮ੍ਰਿਤਪਾਲ ਨੇ ਆਹ ਚੰਗਾ ਕੰਮ ਕੀਤਾ ਅੰਮ੍ਰਿਤਪਾਲ ਨੇ ਚੰਗੇ ਮਾੜੇ ਦਾ ਤੁਸੀਂ ਡਿਸਾਈਡ ਕਰੋ ਜਾਂ ਲੋਕ ਕਰਨਗੇ ਉਹਨਾਂ ਨੇ ਨੌਜਵਾਨ ਬਹੁਤ ਪਿੱਛੇ ਲਾਲੇ ਆਹ ਕਿੱਦਾਂ ਅੰਮ੍ਰਿਤਪਾਲ ਲਾਲੇ ਫਿਰ ਉਹੀ ਹੋਊ ਜਿਹੜਾ ਪਹਿਲਾਂ ਹੋਇਆ ਸੀ ਮੁੰਡਿਆਂ ਮਾਵਾਂ ਨੇ ਲਾਲ ਮਰਵਾ ਦਿਓ ਭਾਵਕ ਭਾਸ਼ਣਾਂ ਚ ਪਹਿਲਾਂ ਮਾਵਾਂ ਦੇ ਲਾਲ ਭਾਵਕ ਭਾਸ਼ਣ ਦੇ ਕੇ ਮਾਵਾਂ ਦੇ ਲਾਲ ਮਰਾ ਤੇ ਬੰਦੂਕਾਂ ਫੜਾ ਕੇ ਬੇਗੁਨਾਹ ਦਾ ਕਤਲੇਆਮ ਕਰਤਾ ਫਿਰ ਉਸ ਤੋਂ ਬਾਅਦ 84 ਦੇ ਨੰਗੇ ਇਹਨਾਂ ਦੀਆਂ ਗਲਤੀਆਂ ਨਾਲ ਸਰਕਾਰਾਂ ਦੀਆਂ ਗਲਤੀਆਂ ਨਾਲ ਹੋਵੇ ਤੇ ਤੁਸੀਂ ਇਹ ਚਾਹੁੰਦੇ ਹੋ ਉਹ ਮੁੰਡੇ ਪਿੱਛੇ ਲੱਗੇ ਪਰ ਇਹ ਤਾਂ ਬਚ ਕੇ ਬਾਹਰ ਮੈਂ ਬਿੱਟਾ ਜੀ ਉਹੀ ਗੱਲ ਕਹਿ ਰਿਹਾ ਨਾ ਕਿ ਜਿਹੜੇ ਨੌਜਵਾਨ ਲੱਗ ਗਏ ਜਾਂ ਤਾਂ ਤੁਸੀਂ ਦੱਸੋ ਉਹਨਾਂ ਨੂੰ ਕਿ ਅੰਮ੍ਰਿਤਪਾਲ ਦੇ ਪਿੱਛੇ ਨਾ ਲੱਗੋ ਜੇ ਉਹਨਾਂ ਦੇ ਪਿੱਛੇ ਲੱਗੇ ਹੋਏ ਨੇ ਤਾਂ ਤੁਹਾਡੇ ਵਰਗੇ ਵੀ ਜਿਹੜੇ ਵਿਦਵਾਨ ਨੇ ਉਹ ਵੀ ਦੱਸ ਸਕਦੇ ਨੇ ਅੱਖਾਂ ਖੋਲ ਸਕਦੇ ਨੇ ਕਿ ਨਾ ਨਾ ਇਹਦੇ ਪਿੱਛੇ ਨਾ ਜਾਓ ਉਸ ਤੇ ਲੱਗਦਾ ਹੀ ਹੋਣਾ ਉਹਦੇ ਸੁਣੋ ਮੈਂ ਵਿਦਵਾਨ ਨਹੀਂ ਮੈਂ ਇੱਕ ਅਨੁਭਵੀ ਆ ਕਿਸੇ ਨੇ ਤਜਰਬਾ ਤੁਹਾਡਾ ਆਪਣਾ ਤਜਰਬਾ ਨਾ ਤੁਸੀਂ ਉਹਦੇ ਨਾਲ ਦੱਸ ਦਿਓ ਤਜਰਬਾ ਤੁਸੀਂ ਸੁਣਨੋਂ ਤਿਆਰ ਹੀ ਨਹੀਂ ਤੇ ਤੁਸੀਂ ਇੱਕ ਲਾਈਨ ਤੇ ਬੋਲੀ ਜਾਂਦੇ ਮੈਨੂੰ ਵੀ ਬੋਲਣ ਦੇ ਮੈਂ ਕੀ ਕਹਿ ਰਿਹਾ ਮੈਂ ਤੁਹਾਨੂੰ ਕਹਿ ਰਿਹਾ ਮਾਵਾਂ ਦੇ ਲਾਲ ਅੱਗੇ ਵੀ ਭਾਸ਼ਣ ਕਰਾ ਕੇ ਹਜ਼ਾਰਾਂ ਮਰਵਾ ਦਿੱਤੇ ਇਹਨਾਂ ਨੇ ਆਪ ਚਲੇ ਗਏ ਵਿਦੇਸ਼ਾਂ ਚ ਕਿੱਥੇ ਆ ਪਰਮਜੀਤ ਸਿੰਘ ਪੰਜਵੜ ਕਿੱਥੇ ਆ ਹੋਰ ਜਿਹੜੇ ਵੱਡੇ ਵੱਡੇ ਟੈਰਰਿਸਟ ਕਿੱਥੇ ਨੇ ਵਧਾਵਾ ਸਿੰਘ ਬੱਬਰ ਕਿੱਥੇ ਆ ਬੜੀਆਂ ਬੜੀਆਂ ਕੋਠੀਆਂ ਬੜੇ ਬੜੇ ਮਹਿਲ ਪਾਕਿਸਤਾਨ ਦੇ ਟੁਕੜਿਆਂ ਤੇ ਪਲਦੇ ਤੇ ਕੈਨੇਡਾ ਅਮਰੀਕਾ ਚ ਘੁੰਮਦੇ ਫਿਰਦੇ ਤੇ ਮਾਵਾਂ ਦੇ ਲਾਲ ਇੱਥੇ ਨਸ਼ੇੜੀ ਮਰਵਾਤੇ ਜਾਂ ਉਹਨਾਂ ਨੂੰ ਭਜਾ ਕੇ ਬਾਹਰ ਭੇਜ ਦਿੱਤਾ ਕਿ ਉਹ ਹੀ ਹੁਣ ਮੁੰਡੇ ਪਿੱਛੇ ਲੱਗ ਕੇ ਤੇ ਮਾਵਾਂ ਦੇ ਲਾਲਾਂ ਨੂੰ ਮਰਵਾਉਣਗੇ ਤਾਂ ਉਹਨਾਂ ਨੂੰ ਬਰਬਾਦ ਮੈਂ ਉਹੀ ਕਹਿ ਰਿਹਾ ਨਹੀਂ ਹੋਣਾ ਚਾਹੀਦਾ ਇਹ ਤਾਂ ਚਿੰਤਾ ਵਾਲੀ ਗੱਲ ਹੈ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਤੁਹਾਨੂੰ ਲੱਗਦਾ ਕਿ ਅੰਮ੍ਰਿਤਪਾਲ ਜੋ ਇਸ ਸਮੇਂ ਕਰ ਰਿਹਾ ਉਹ ਉਸੇ ਦਿਸ਼ਾ ਵਾਲੇ ਪਾਸੇ ਵੱਧ ਰਿਹਾ ਜੋ 84 ਜਾਂ 90 ਦੇ ਦਹਾਕੇ ਦੇ ਵਿੱਚ ਹੋਇਆ ਤੁਹਾਨੂੰ ਲੱਗਦਾ ਕਿ ਅੰਮ੍ਰਿਤਪਾਲ ਦੀ ਸਟੇਟਮੈਂਟਸ ਜਾਂ ਅੰਮ੍ਰਿਤਪਾਲ ਜੋ ਕਰ ਰਿਹਾ ਉਸ ਵਾਲੇ ਪਾਸੇ ਔਰ ਅੱਜ ਦੀ ਤਰੀਕ ਦੇ ਵਿੱਚ ਇਹ ਗੁਜਾਇਸ਼ ਹੈਗੀ ਆ ਉਸ ਮਾਹੌਲ ਦੇ ਆਉਣ ਵਾਲੀ ਜਿੰਨੀ ਟੈਕਨੋਲੋਜੀ ਐਡਵਾਂਸ ਹੈ ਜਿਸ ਤਰੀਕੇ ਦੇ ਮਾਹੌਲ ਪਹਿਲਾਂ ਤਾਂ ਇਹਨਾਂ ਦਾ ਜਵਾਬ ਦੇ ਰਿਹਾ ਜਿਹੜੀ ਇਹਨਾਂ ਨੇ ਗੱਲ ਕਹੀ ਮੁੰਡੇ ਬੜੇ ਪਿੱਛੇ ਲੱਗ ਗਏ ਤੁਸੀਂ ਇੱਕ ਪੱਤਰਕਾਰ ਹੋ ਤੁਹਾਡਾ ਵੀ ਫਰਜ਼ ਬਣਦਾ ਨਾ ਵੀ ਇਹ ਹਕੀਕਤ ਨੂੰ ਦੱਸਣਾ ਮੁੰਡੇ ਪਿੱਛੇ ਲੱਗ ਗਏ
ਤੇ ਜਿੱਦਾਂ ਮੈਂ ਕਿਹਾ ਤੁਸੀਂ ਵੀ ਕਹੋਣਾ ਵੀ ਪਹਿਲਾਂ ਵੀ ਇੱਧਰ ਮੁੰਡੇ ਪਿੱਛੇ ਲੱਗੇ ਸੀ, ਉਹ ਮੁੰਡਿਆਂ ਨੂੰ ਕੀ ਪਤਾ ਪਹਿਲਾਂ ਦੀਪ ਸੰਧੂ ਦੇ ਪਿੱਛੇ ਲੱਗੇ, ਚਲੋ ਚਲਾ ਗਿਆ ਕਹਿਣਾ ਨਹੀਂ ਚਾਹੀਦਾ, ਵਾਲ ਕੱਟੇ ਦਾੜੀ ਕੱਟੀ ਵਾਲ ਰੰਗੇ ਦਾੜੀ ਰੰਗੀ, ਕਿਹੜੇ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਜੀ ਵੈਲੇਂਟੇ ਮਨਾਵਾਂਗੇ? ਮੈਂ ਤੁਹਾਨੂੰ ਸਵਾਲ ਪੁੱਛਣਾ ਚਾਹੁੰਦਾ, ਲਿਖਿਆ ਕਿੱਥੇ ਰਸਤੇ 'ਚ ਉਹਦੀ ਮੌਤ ਹੋਈ? ਸਾਨੂੰ ਦੁੱਖ ਆ ਉਹਦੀ ਮੌਤ ਦਾ, ਆ ਕੇ ਮੁੜ ਕੇ ਖਾਲਿਸਤਾਨ ਦੇ ਉਹਨੇ ਸੰਸਕਾਰ ਦੇ ਨਾਰੇ ਲੱਗੇ, ਕੀ ਨਾਰੇ ਲੱਗੇ? ਗੀਤਾ ਗਿਆਨ ਬੁਲਾਉਣਾ ਹੋਊਗਾ, ਖਾਲਿਸਤਾਨ ਬੁਲਾਉਣਾ ਹੋਊਗਾ, ਗੀਤਾ ਗਿਆਨ, ਯਾਰ ਗੀਤਾ ਜੀ ਨਾਲ ਸਾਡੀ ਕੀ ਦੁਸ਼ਮਣੀ? ਗੀਤਾ ਜੀ ਦਾ ਇਤਿਹਾਸ ਹਜ਼ਾਰਾਂ ਸਾਲ ਪੁਰਾਣਾ, ਉਹਦਾ ਕੋਈ ਲਿਖਿਆ ਹੀ ਨਹੀਂ, ਇੰਨਾ ਪੁਰਾਣਾ ਇਤਿਹਾਸ ਹੈ ਉਹਨਾਂ ਦਾ, ਇਹ ਬਿਆਨ ਕਿਹੜੇ ਆ ਗਏ? ਤੁਸੀਂ ਦੱਸੋ ਜੇ ਵਿਚਾਰੇ ਸਾਡੇ ਮਾਵਾਂ ਦੇ ਲਾਲ, ਸੁਣੋ ਜੇ ਮਾਵਾਂ ਦੇ ਲਾਲ ਏਦਾਂ ਦੀਪ ਸੰਧੂ ਏਦਾਂ ਪਿੱਛੇ ਲੱਗਦੇ ਰਹੇ, ਤੇ ਫਿਰ ਜੇ ਬੜੇ ਵੱਡੇ ਅਤਿੰਦਰ ਪਾਲ ਜੀ ਢੱਡਰੀਆਂ ਵਾਲੇ ਹੋਰ ਜਿਹੜੇ ਪ੍ਰਚਾਰਕ ਨੇ, ਇਹ ਫਿਰ ਕਿੱਥੇ ਜਾਣਗੇ? ਮੈਂ ਤੁਹਾਨੂੰ ਇਸੇ ਨੂੰ ਗੱਲ ਦੂਜੇ ਸੰਦਰਭ ਦੇ ਵਿੱਚ ਲੈ ਜਾਣਾ, ਤੁਸੀਂ ਦੀਪ ਸਿੱਧੂ ਦਾ ਜ਼ਿਕਰ ਕੀਤਾ, ਤੁਸੀਂ ਅੰਮ੍ਰਿਤਪਾਲ ਦਾ ਜ਼ਿਕਰ ਕੀਤਾ, ਠੀਕ ਹੈ, ਉਸ ਤੋਂ ਬਾਅਦ ਜਿੰਨੇ ਵੀ ਪ੍ਰਚਾਰਕ ਸਾਰਿਆਂ ਦਾ ਜ਼ਿਕਰ ਕੀਤਾ, ਜਦੋਂ ਗੱਲ ਆ ਜਾਂਦੀ ਹੈ ਧਰਮ ਤੇ, ਤੁਹਾਡਾ ਤਜਰਬਾ ਬਹੁਤ ਹੈ, ਤੁਸੀਂ ਬੇਸ਼ੱਕ ਸਿਆਸਤ ਤੋਂ ਪਾਸੇ ਹੋ ਪਰ ਸਿਆਸਤ ਨੂੰ ਸਮਝਦੇ ਤਾਂ ਬੜੀ ਬਖੂਬੀ ਹੋ ਨਾ, ਕੀ ਤੁਸੀਂ ਇਹ ਸਮਝਦੇ ਹੋ ਵੀ ਪਿਛਲੇ ਸਮੇਂ ਦੇ ਵਿੱਚ ਉਹਨਾਂ ਚੀਜ਼ਾਂ ਨੂੰ ਲੈ ਕੇ ਖਿਲਾਫ ਪੈਦਾ ਹੋਇਆ, ਜਾਂ ਸਾਡੀਆਂ ਜਿਹੜੀਆਂ ਸੰਸਥਾਵਾਂ ਸੀ ਧਾਰਮਿਕ ਸੰਸਥਾਵਾਂ ਉਹ ਨੌਜਵਾਨਾਂ ਨੂੰ ਉਸ ਤਰੀਕੇ ਨਾਲ ਨਹੀਂ ਸਮਝਾ ਸਕੀਆਂ ਕਿ ਜੋ ਵੀ ਵਿਅਕਤੀ ਆਉਂਦਾ ਉਹ ਫਿਰ ਮਗਰ ਲੱਗ ਲੈਂਦੇ ਆ? ਇਹਦੇ 'ਚ ਬਹੁਤ ਵੱਡੇ ਆ ਐਗਜ਼ਾਮਪਲ ਸਿਮਰਨਜੀਤ ਮਾਨ ਹੋਰਾਂ ਦੀ ਜਿੱਤ ਵੀ ਹੈ ਸੰਗਰੂਰ ਦੀ। ਦੇਖੋ ਜੀ, ਸਿਮਰਨਜੀਤ ਸਿੰਘ ਮਾਨ ਦੀ ਜਿੱਤ ਜਿੱਤ ਨਹੀਂ, ਇਹ ਮੂਸੇਵਾਲਾ ਦਾ ਜਦੋਂ ਕਤਲ ਹੋਇਆ ਉਸ ਕਰਕੇ ਕਿਹਾ, ਉਹਦਾ ਗੁੱਸਾ ਗੁੱਸਾ ਜਾਂ ਜੋ ਵੀ ਹੈ, ਹੈ ਨਾ। ਹੁਣ ਜੇ ਅਕਾਲੀ ਦਲ ਨੇ ਬੰਦੀ ਸਿੱਖਾਂ ਦੀ ਰਿਹਾਈ ਨੂੰ ਲੈ ਕੇ ਇਲੈਕਸ਼ਨ ਲੜੀ ਸੀ, ਸਿਰਫ ਇੱਕ ਮੁੱਦਾ ਸੀ ਬੰਦੀ ਸਿੱਖ, ਜਿਹਨੇ ਮੇਰੇ ਤੇ ਬੰਬ ਚਲਾਇਆ ਹੋਰ ਚਲਾਏ ਬੰਦੀ ਸਿੱਖ, ਜ਼ਮਾਨਤ ਜ਼ਬਤ ਹੋਊਗੀ, ਕਾਂਗਰਸ ਦੀ ਜ਼ਮਾਨਤ ਜ਼ਬਤ ਹੋਊਗੀ। ਇੱਕ ਦੇਖੋ ਸਿਮਰਨਜੀਤ ਸਿੰਘ ਮਾਨ ਦੀ ਹੁਣ ਉਮਰ, ਮੈਂ ਜੀ ਕਹਾਂਗਾ ਉਹਨਾਂ ਦੀ ਉਮਰ ਬਹੁਤ ਹੋਊਗੀ, ਉਹਨਾਂ ਦੀਆਂ ਗੱਲਾਂ ਨੂੰ ਸੀਰੀਅਸ ਸਾਨੂੰ ਨਹੀਂ ਲੈਣਾ ਚਾਹੀਦਾ। ਸਭ ਤੋਂ ਵੱਡਾ ਕਾਰਨ ਹੈ ਜਿਹੜਾ ਇਨਸਾਨ ਸ਼ਹੀਦੀ ਆਦਮ ਭਗਤ ਸਿੰਘ, ਜਿਹਨੂੰ ਪੂਰੀ ਦੁਨੀਆ ਮੰਨਦੀ ਹੋਵੇ, ਜਿਹਨੂੰ ਸਾਡਾ ਪਾਕਿਸਤਾਨ ਦੁਸ਼ਮਣ ਮੰਨਦਾ ਹੋਵੇ, ਮੈਂ ਪੂਰੇ ਦੇਸ਼ ਦੇ ਕੋਨੇ ਕੋਨੇ 'ਚ ਜਾਣਾ, ਆਂਧਰਾ ਪ੍ਰਦੇਸ਼, ਮੱਧ ਪ੍ਰਦੇਸ਼, ਬਿਹਾਰ, ਪਿੰਡਾਂ ਪਿੰਡਾਂ 'ਚ ਭਗਤ ਸਿੰਘ ਦੇ ਸਟੈਚੂ ਲੱਗੇ ਨੇ, ਉਹਨਾਂ ਦੇ ਹੋਰਡਿੰਗ ਲੱਗੇ ਨੇ, ਉਹਨਾਂ ਦੇ ਸਲੋਗਨ ਲੱਗੇ ਨੇ, ਜੇ ਉਹਨਾਂ ਨੂੰ ਕਹਿ ਦੇ ਇਹ ਅੱਤਵਾਦੀ ਸੀ ਤੇ ਉਹਦੇ ਬਦਲੇ ਬਾਰੇ ਮੈਂ ਕੀ? ਫਿਰ ਐਸੀ ਸਥਿਤੀ ਕਿਉਂ ਪੈਦਾ ਹੋ ਰਹੀ ਹੈ ਕਿ ਨੌਜਵਾਨ ਨੂੰ ਦੀਪ ਸਿੱਧੂ ਜਾਂ ਅੰਮ੍ਰਿਤਪਾਲ ਹੋਰਾਂ ਦੇ ਮਗਰ ਜਾਣਾ ਪੈ ਰਿਹਾ? ਤੁਹਾਨੂੰ ਕੀ ਲੱਗਦਾ, ਕਮੀ ਕਿੱਥੇ? ਮੈਂ ਤੁਹਾਨੂੰ ਦੱਸ, ਗੱਲ ਇਹ ਹੈ ਬਈ ਇਹ ਇਵੈਂਟ ਕੰਪਨੀਆਂ ਬੜੀਆਂ ਕੰਮ ਕਰਦੀਆਂ, ਇਹਦੇ ਪਿੱਛੇ ਇਵੈਂਟ ਕੰਪਨੀ ਹੈ, ਤੁਹਾਡੇ ਅੰਮ੍ਰਿਤਪਾਲ ਦੇ ਵੀ ਪਿੱਛੇ ਇਵੈਂਟ ਕੰਪਨੀ ਕੰਮ ਕਰ ਰਹੀ ਹੈ, ਉਹਨਾਂ ਦੇ ਪਿੱਛੇ ਵੀ ਇਹੀ ਸੀ। ਫਿਰ ਉਸ ਤੋਂ ਪਹਿਲਾਂ ਜਿਹੜਾ ਕਿਸਾਨ ਅੰਦੋਲਨ ਹੋਇਆ ਉਹਦਾ ਵੀ ਲੋਕਾਂ ਦੇ ਵਿੱਚ ਗੁੱਸਾ ਸੀ, ਕਿਸਾਨ ਅੰਦੋਲਨ ਦਾ ਵੀ ਇਹਦੇ 'ਤੇ ਅਸਰ ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਦੇ ਉੱਤੇ ਪਿਆ। ਪੰਜਾਬ ਦਾ ਸਾਡਾ ਜਿਹੜਾ ਨੌਜਵਾਨ ਹੈ ਇਹ ਬੜਾ ਭਾਵੁਕ ਹੈ, ਇਹ ਬੜਾ ਭੂਲਾ ਹੈ, ਔਰ ਲੀਡਰਾਂ ਦੇ ਗਲਤ ਬਿਆਨਾਂ ਦੇ ਪਿੱਛੇ ਲੱਗ ਜਾਂਦਾ। ਤੁਸੀਂ ਮੈਨੂੰ ਦੱਸੋ, ਜਿੱਦਾਂ ਆਪਾਂ ਹੋਰ ਲੋਕਾਂ ਦੀ ਗੱਲ ਕੀਤੀ, ਆਪਾਂ ਕਵਰ ਗਰੇਵਾਲ ਦੀ ਗੱਲ ਕੀਤੀ, ਆਪਾਂ ਢੱਡਰੀਆਂ ਵਾਲਾ ਸਾਹਿਬ ਦੀ ਗੱਲ ਕੀਤੀ, ਆਪਾਂ ਅਤਿੰਦਰ ਪਾਲ ਜੀ ਦੀ ਗੱਲ, ਹੋਰ ਇਹੋ ਜਿਹੇ ਪ੍ਰਵਚਨਕਾਰੀਆਂ ਦੀ ਗੱਲ ਕੀਤੀ, ਇਹੋ ਜਿਹੇ ਪ੍ਰਵਚਨਕਾਰੀਆਂ ਨੂੰ ਅੱਗੇ ਆਉਣਾ ਚਾਹੀਦਾ। ਅਸੀਂ ਪਿਛਲੇ ਕਾਫੀ ਸਮੇਂ ਦੇ ਵਿੱਚ ਜਿਹੜਾ ਸਾਨੂੰ ਬੱਚਿਆਂ ਨੂੰ ਇੱਕ ਨਵੀਂ ਦਿਸ਼ਾ, ਨਵੀਂ ਸੋਚ, ਸਿੱਖੀ ਨੂੰ ਪ੍ਰਫੁੱਲਤ ਕਰਨ ਲਈ, ਅੰਮ੍ਰਿਤ ਛਕਾਉਣ ਲਈ, ਗੁਰੂ ਮਹਾਰਾਜ ਦੇ ਇਤਿਹਾਸਾਂ ਨੂੰ ਦੱਸਣ ਲਈ ਕੰਮ ਕਰਨਾ ਚਾਹੀਦਾ ਸੀ, ਅਸੀਂ ਉਹ ਨਹੀਂ ਕੀਤਾ। ਅਸੀਂ ਬੰਦੂਕਾਂ ਖੋਲੀਆਂ ਵਾਲੇ ਪਾਸੇ ਚੱਲ ਪਏ, ਅਸੀਂ ਇੰਨੇ ਮਾਰਤੇ, ਇਹਨਾਂ ਨੇ ਇੰਨੇ ਮਾਰਤੇ ਵੀ ਸਾਡੇ ਕਿਹੜੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਸੀ ਵੀ ਤੁਸੀਂ ਇਹਨਾਂ ਨੂੰ ਮਾਰ ਦਿਓ, ਤੁਸੀਂ ਹਿੰਦੂ ਭਰਾਵਾਂ ਨੂੰ ਮਾਰ ਦਿਓ? ਜੇ ਕੱਲ੍ਹ ਦਾ ਇਤਿਹਾਸ ਗੁਰੂ ਤੇਗ ਬਹਾਦਰ ਜੀ ਦਾ ਦੇਖੀਏ ਤੇ ਕਸ਼ਮੀਰੀ ਪੰਡਤਾਂ ਦੀ ਰੱਖਿਆ ਲਈ ਉਹਨਾਂ ਨੇ ਆਪਣੇ ਸ਼ੀਸ਼ ਨੂੰ ਨਿਸ਼ਾਵਰ ਕੀਤਾ ਸੀ, ਇਹ ਤਾਂ ਉਹਨਾਂ ਦੀ ਮਰਿਆਦਾ ਦੇ ਉਲਟ। ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੀ ਕਹਿੰਦੇ ਆ ਹਥਿਆਰ ਚੱਕਣੇ ਚਾਹੀਦੇ ਆ, ਸ਼ਸਤਰ ਤੁਸੀਂ ਸ਼ਸਤਰਧਾਰੀ ਬਣੋ, ਧਾਰੋ ਬਣੋ। ਦੇਖੋ ਜੀ, ਇੱਕ ਗੱਲ ਹੈ, ਉਹ ਸਾਡਾ ਪਾਰਲੀਮੈਂਟ ਹੈ, ਉਹ ਸਾਡੀ ਸੁਪਰੀਮ ਹੈ, ਉਹ ਅਕਾਲ ਤਖ਼ਤ ਦੇ ਜਥੇਦਾਰ ਹੈ, ਜਗਤਾਰ ਸਿੰਘ ਹਵਾਰਾ ਉਹਦੇ ਤੇ ਹੁੰਦਾ ਤੇ ਮੈਂ ਜ਼ਰੂਰ ਚੰਗੇ ਢੰਗ ਨਾਲ ਉਹਨਾਂ ਨੂੰ ਠੋਕ ਕੇ ਜਵਾਬ ਦੇ ਦਿੰਦਾ। ਸਾਡੇ ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਨੇ ਮੇਰੀ ਹੱਥ ਜੋੜ ਕੇ ਉਹਨਾਂ ਨੂੰ ਬੇਨਤੀ ਹੈ, ਇਹ ਹਰਿਮੰਦਰ ਸਾਹਿਬ, ਇਹ ਅਕਾਲ ਤਖ਼ਤ ਸਾਹਿਬ ਜੀ, ਇੱਥੇ ਹਿੰਦੂ, ਮੁਸਲਮਾਨ, ਸਿੱਖ, ਈਸਾਈ ਹਰ ਵਿਅਕਤੀ ਆ ਕੇ ਨਮਸਤਕ ਕਰਦਾ ਹੈ, ਇਹਦੇ ਚਾਰ ਦਰਵਾਜ਼ੇ ਨੇ ਸਾਰੇ ਧਰਮਾਂ ਲਈ, ਸਾਡੇ ਗੁਰੂ ਮਹਾਰਾਜ ਦਾ ਇਤਿਹਾਸ ਹੈ। ਸਾਨੂੰ ਕੋਈ ਵੀ ਇਹੋ ਜਿਹੀ ਸਟੇਟਮੈਂਟ ਦੇਣ ਲੱਗਿਆ ਜਿਹਦੇ ਨਾਲ ਸਾਡੇ ਮਾਵਾਂ ਦੇ ਲਾਲ ਹੱਥਾਂ 'ਚ ਕੱਲ੍ਹ ਨੂੰ ਬੰਦੂਕਾਂ ਫੜ ਲੈਣ ਜੀ, ਤੇ ਠੀਕ ਨਹੀਂ। ਇਹ ਕਹਿੰਦੇ ਨੇ ਸਿੱਖ ਕੌਮ ਨੂੰ ਖਤਰਾ, ਮੈਨੂੰ ਦੱਸੋ ਸਿੱਖ ਕੌਮ ਨੂੰ ਕਿੱਥੋਂ ਖਤਰਾ, ਮੈਂ ਪੁੱਛਣਾ ਚਾਹੁੰਦਾ। ਇਹ ਕਹਿੰਦੇ ਜੀ ਸਾਡੇ ਨਾਲ ਜਾਤੀ ਹੁੰਦੀ, ਕਿੱਥੋਂ ਜਾਤੀ ਹੁੰਦੀ ਮੇਰੇ ਤੋਂ ਪੁੱਛ ਲਓ। ਕਿ ਡਾਕਟਰ ਮਨਮੋਹਨ ਸਿੰਘ ਹਿੰਦੁਸਤਾਨ ਦੇ 10 ਸਾਲ ਪ੍ਰਾਈਮ ਮਿਨਿਸਟਰ ਨਹੀਂ ਰਹੇ, ਕਿ ਜਗਜੀਤ ਸਿੰਘ ਅਰੋੜਾ ਆਰਮੀ ਚੀਫ ਨਹੀਂ ਰਹੇ, ਕਿ ਧਨੋਆ ਜੀ ਤੇ ਏਅਰ ਮਾਰਸ਼ਲ ਨਹੀਂ ਰਹੇ ਜਿਹਨਾਂ ਨੇ ਸਰਜੀਕਲ ਓਪਰੇਸ਼ਨ ਕੀਤਾ, ਕਿ ਅਰਜਨ ਸਿੰਘ ਜੀ ਏਅਰ ਮਾਰਸ਼ਲ ਨਹੀਂ ਰਹੇ, ਹੀਰੋ ਸੀ, ਕਿਆ ਚੀਫ ਜਸਟਿਸ ਆਫ ਇੰਡੀਆ ਸਰਦਾਰ ਕੁਲਦੀਪ ਸਿੰਘ ਜੀ ਖਹਿਰਾ ਜੀ ਹਿੰਦੁਸਤਾਨ ਦੇ ਨਹੀਂ ਰਹੇ, ਕਿਆ CBI ਦੇ ਚੀਫ ਜੋਗਿੰਦਰ ਸਿੰਘ ਨਹੀਂ ਰਹੇ, ਕਿਆ ਗਿਆਨੀ ਜੈਲ ਸਿੰਘ ਰਾਸ਼ਟਰਪਤੀ ਨਹੀਂ ਰਹੇ, ਕਿਆ ਬੂਟਾ ਸਿੰਘ ਹੋਮ ਮਿਨਿਸਟਰ ਨਹੀਂ ਰਹੇ, ਕਿਆ ਸਰਦਾਰ ਸਵਰਨ ਸਿੰਘ ਜੀ
क्या सरदार दिलबाग सिंह जी फॉरेन मिनिस्टर डिफेंस मिनिस्टर नहीं रहे? 2% नूं की नहीं मिलिया हिंदुस्तान ने? हुण असीं अपनी पॉलिटिक्स नूं चमकाउण लगे आ, कोई कहे साडे सिखां नाल जाती होई, किसी हिंदुस्तान दे दुनिया दे व्यक्ति ने यह नहीं किया कि यह 2% कौम है, इन्हां नूं तुसीं राष्ट्रपति क्यों बनाया, इन्हां नूं तुसीं प्राइम मिनिस्टर क्यों बनाया? पर ओह कहिंदे कि 84 दा इंसाफ नहीं मिलिया, 84 दा इंसाफ नहीं मिलेगा, बिल्कुल नहीं मिलिया, बिल्कुल नहीं मिलिया। ओही कहिंदे ने कि वधीकी होई, इन्ने साल हो गए, 3 दहाके तों ज्यादा इंसाफ नहीं मिलिया। देखो जदों ने नरेंद्र मोदी जी आए ਉਹਨਾਂ ਨੇ ਇਨਸਾਫ ਦਿਵਾਉਣ ਦੇ ਵਿੱਚ ਕੋਈ ਕਸਰ ਨਹੀਂ ਛੱਡੀ, ਮੈਂ ਕੋਈ ਬੀਜੇਪੀ ਦਾ ਨਹੀਂ, ਜਿੰਨਾ ਕੁ ਮਿਲ ਸਕਦਾ ਸੀ ਮਿਲਿਆ, ਇਨਸਾਫ ਨਹੀਂ ਮਿਲਿਆ। ਕਾਂਗਰਸ ਦੇ ਟਾਈਮ ਤੇ ਇਹਨਾਂ ਨੂੰ ਇਨਸਾਫ ਨਹੀਂ ਮਿਲਿਆ, ਉਹਨਾਂ ਲੋਕਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਜਿਨ੍ਹਾਂ ਦਾ ਕਿਤੇ। ਚਲੋ ਆਪਣੇ ਕੋਲੇ ਹੁਣ ਆਖਰੀ 5-4 ਮਿੰਟ ਹੈ, ਆਪਾਂ ਪੰਜਾਬ ਤੇ ਵਾਪਸ ਮੈਂ ਫੋਕਸ ਕਰਨਾ ਚਾਹੁੰਦਾ ਹਾਂ ਕਿ ਤੁਸੀਂ 2 ਚੀਜ਼ਾਂ ਦਾ ਜ਼ਿਕਰ ਕੀਤਾ, ਟੈਰਰਿਜ਼ਮ ਤੇ ਗੈਂਗਸਟਰਿਜ਼ਮ। ਸੋ ਟੈਰਰਿਜ਼ਮ ਤੇ ਗੈਂਗਸਟਰਿਜ਼ਮ ਨੂੰ ਤੁਸੀਂ ਆਪਸ 'ਚ ਕਿਵੇਂ ਕਲੱਬ ਕਰਕੇ ਦੇਖਦੇ ਹੋ, ਕੀ ਅੱਜ ਦੀ ਇੱਕੋ ਪਰਿਭਾਸ਼ਾ ਬਣ ਗਈ? ਪਹਿਲੀ ਗੱਲ ਤਾਂ ਪੰਜਾਬ ਦੇ ਵਿੱਚ ਜਿਹੜਾ ਨਾਰਕੋ ਟੈਰਰਿਜ਼ਮ ਸੀ, ਸਾਡੀ ਪੰਜਾਬੀਅਤ ਦੀ ਸ਼ਾਨ ਇੱਜ਼ਤ ਉਹ ਕੁਛ ਇਹਨਾਂ ਲੋਕਾਂ ਨੇ ਮਿੱਟੀ 'ਚ ਮਿਲਾ ਦਿੱਤੀ। ਹੁਣ ਇਹ ਕੈਨੇਡਾ ਦੇ ਵਿੱਚ ਜਾ ਕੇ ਵੀ ਸਾਡੇ ਦਿਲ 'ਚ, ਕਈ ਤਾਂ ਚੰਗੇ ਸਾਡੇ ਸਰਦਾਰ ਭਰਾ ਨੇ ਜਿਹੜੇ ਸਿੱਖੀ ਨੂੰ ਪ੍ਰਫੁੱਲਿਤ ਕਰਦੇ, ਉੱਥੇ ਵੀ ਗੈਂਗਸਟਰ ਨਾਰਕੋ ਟੈਰਰਿਜ਼ਮ ਇਹਨਾਂ ਨੇ ਫੈਲਾ ਦਿੱਤਾ। ਦੇਖੋ ਇਹ ਜਿਹੜਾ ਇਕੱਠਾ ਇਹਨਾਂ ਦਾ ਨੈਟਵਰਕ ਹੋਇਆ, ਇਹ ਖਾਸ ਤੌਰ 'ਤੇ ਪੰਜਾਬ ਦੇ ਵਿੱਚ ਹੋਰ ਵੀ ਜਗ੍ਹਾ ਤੇ ਬੜੀ ਵੱਡੀ ਖਤਰੇ ਦੀ ਘੰਟੀ ਹੈ। ਕਿਸੇ ਦਾ ਪੋਲੀਟੀਕਲ ਮਰਡਰ ਕਰਨਾ ਹੋਵੇ, ਕਿਸੇ ਦਾ, ਜੋ ਮੇਰਾ ਇੱਕ ਅਨੁਭਵ ਕਹਿੰਦਾ, ਦੇਖੋ ਪੋਲੀਟੀਸ਼ਨਾਂ ਦਾ ਪੈਸਾ ਤਾਂ ਵਿਦੇਸ਼ਾਂ 'ਚ ਹੈ, ਪੰਜਾਬ ਨੂੰ ਲੁੱਟਿਆ ਗਿਆ, ਅੱਤਵਾਦ ਤੋਂ ਬਾਅਦ ਵੀ ਖੂਬ ਲੁੱਟਿਆ ਪੰਜਾਬ 'ਚ, ਨੋਚ ਨੋਚ ਕੇ ਪੰਜਾਬ ਨੂੰ ਹਰ ਪੋਲੀਟੀਸ਼ਨ ਨੇ ਖਾਧਾ, ਬਹੁਤ ਘੱਟ ਬਚੇ ਹੋਣਗੇ, ਪੈਸਾ ਤਾਂ ਵਿਦੇਸ਼ਾਂ 'ਚ ਹੈ, ਪੈਸੇ ਪਹੁੰਚਾਓ ਹੈੱਡਕੁਆਟਰ ਕੈਨੇਡਾ, ਇੱਥੋਂ ਕਿਸੇ ਨੂੰ ਫੋਨ ਕਰੋ ਵੀ ਸ਼ਾਮ ਨੂੰ ਇਹਨੂੰ ਮਾਰਨਾ ਹੈ, ਹਰ ਕੋਲ ਤਾਂ ਸੁਰੱਖਿਆ ਨਹੀਂ ਠਾ, ਔਰ ਉਹ ਬੰਦਾ ਬੈਠਾ ਇੱਥੇ ਤਮਾਸ਼ਾ ਦੇਖਦਾ ਰਹੇਗਾ, ਇਹ ਤਾਂ ਕੰਮ ਕਰ ਗਿਆ, ਕੀਤਾ ਤਾਂ ਮੈਂ ਸੀ ਪਰ ਕੈਨੇਡਾ ਫੋਨ ਕੀਤਾ ਸੀ ਉਹਨੇ ਉੱਥੇ ਕਰਤਾ। ਇਹ ਜਿਹੜਾ ਨੈਟਵਰਕ ਹੈ ਸੈਂਟਰ ਨੂੰ ਪੰਜਾਬ ਨੂੰ ਮਿਲ ਕੇ ਇਹਨਾਂ ਚੀਜ਼ਾਂ ਦੇ ਉੱਤੇ ਕੰਮ ਕਰਨਾ ਪਏਗਾ, ਨਹੀਂ ਤੇ ਆਉਣ ਵਾਲੇ ਟਾਈਮ ਤੇ ਇਹੋ ਜਿਹੇ ਪੋਲੀਟੀਕਲ ਮਰਡਰ ਇੱਕ ਦੂਸਰੇ ਦੇ ਹੋ ਸਕਦੇ, ਆਰਗੇਨਾਈਜ਼ਡ ਕ੍ਰਾਈਮ ਹੋ ਗਿਆ, ਬਿਲਕੁਲ ਇਹ ਬੜਾ ਕਲੀਅਰ ਹੈ। ਔਰ ਕਿੰਨੀ ਕੁ ਤੁਸੀਂ ਸੁਰੱਖਿਆ ਲੋਕਾਂ ਨੂੰ ਦਿਓਗੇ ਪੰਜਾਬ ਦੇ ਅੰਦਰ, ਮੈਂ ਸਵਾਲ ਪੁੱਛਣਾ ਚਾਹੁੰਦਾ, ਪੰਜਾਬ 'ਚ ਕਿੰਨੀ ਕੁ ਸੁਰੱਖਿਆ ਦਿਓਗੇ? ਪਹਿਲਾਂ ਤਾਂ ਸਾਡੀਆਂ ਜਵਾਨਾਂ ਨੂੰ ਬੰਦ ਕਰੋ, ਕਾਨੂੰਨ ਬਣਾਓ ਵੀ ਆਹ ਤੁਹਾਡਾ ਬਿਆਨ ਗਲਤ ਸੀ, ਜੇ ਤੁਹਾਡੇ ਕੋਲ ਵੀ ਇੰਟਰਵਿਊ ਸੀ, ਆਹ ਬਿਆਨ ਨਾਲ ਤੁਹਾਡੇ ਪੰਜਾਬ ਦੇ ਹਾਲਾਤ ਖਰਾਬ ਹੋ ਸਕਦੇ, ਤੁਸੀਂ ਮਾਫ਼ੀ ਮੰਗੋ, ਨੋਟਿਸ ਆਵੇ, ਮਾਫ਼ੀ ਮੰਗ ਲਈ, ਠੀਕ ਹੈ, ਨਹੀਂ ਚੁੱਕੇ ਤੁਸੀਂ ਬੰਦ ਕਰੋ। ਪਹਿਲਾਂ ਤਾਂ ਤੁਸੀਂ ਬਿਆਨਾਂ ਤੇ ਕੰਟਰੋਲ ਕਰੋ, ਕੋਈ ਧਰਮ ਹੋਵੇ, ਕੋਈ ਮਜ਼ਹਬ ਹੋਵੇ, ਪਹਿਲਾਂ ਤਾਂ ਉਹਨਾਂ ਦੇ ਤੁਸੀਂ ਕੰਟਰੋਲ ਕਰੋ, ਫਿਰ ਤੁਸੀਂ ਅੱਗੇ। ਇਹ ਜਿਹੜਾ ਸੁਰੱਖਿਆ ਦਾ ਇੱਕ ਤਮਾਸ਼ਾ ਬਣਦਾ ਜਾ ਰਿਹਾ, ਜਿੱਦਾਂ ਦਾ ਸਿਸਟਮ ਚੱਲ ਰਿਹਾ, ਮੈਨੂੰ ਲੱਗਦਾ ਕਿ ਆਉਣ ਵਾਲੇ ਟਾਈਮ ਤੇ ਆਮ ਲੋਕਾਂ ਲਈ ਸੁਰੱਖਿਆ ਨਹੀਂ ਹੋਵੇਗੀ, ਸਾਡੇ ਵਰਗੇ ਲੋਕ ਰਿਵਿਊ ਦੀ ਜ਼ਰੂਰਤ ਹੈ ਇਸ ਵੇਲੇ ਸੁਰੱਖਿਆ ਨੂੰ, ਪੰਜਾਬ 'ਚ ਜਿੰਨੇ ਲੋਕ ਲੈਂਦੇ ਨੇ ਸਿਕਿਉਰਿਟੀ, ਰਿਵਿਊ ਕਰਨ ਦੀ ਜ਼ਰੂਰਤ ਹੈ। ਦੇਖੋ ਜੀ, ਉਹਨਾਂ ਦੇ ਰਿਕਾਰਡਾਂ ਨੂੰ ਦੇਖਿਆ ਜਾਵੇ, ਇਹਨਾਂ ਨੇ ਦੇਸ਼ ਲਈ ਕੀ ਕੰਮ ਕੀਤਾ ਹੈ। ਇੱਕ ਬਿਆਨ ਆਉਂਦੇ ਨੇ ਟੈਰਰਿਜ਼ਮ ਦੇ ਖਿਲਾਫ ਦਿਖਾਵੇ ਲਈ, ਹੈ ਨਾ, ਉਹਦੇ ਪਿੱਛੇ ਮਕਸਦ ਕੋਈ ਹੋਰ ਹੁੰਦਾ, ਇੱਕ ਕਿਸੇ ਨੂੰ ਰੀਅਲ ਥ੍ਰੈਟ ਹੁੰਦਾ, ਉਹ ਚੀਜ਼ ਨੂੰ ਸਰਕਾਰਾਂ ਨੂੰ ਦੇਖਣਾ ਚਾਹੀਦਾ, ਸੈਂਟਰ ਗੌਰਮੈਂਟ ਔਰ ਸਟੇਟ ਗੌਰਮੈਂਟ। ਇਕੱਲੀ ਸਟੇਟ ਗੌਰਮੈਂਟ ਨਹੀਂ ਕਰ ਸਕਦੀ ਇਹਨੂੰ, ਸਟੇਟ ਗੌਰਮੈਂਟ ਕਰੇਗੀ ਫਿਰ ਕਹਿਣਗੇ ਜੀ ਇਹਨਾਂ ਦੇ ਕਰਦੇ, ਸੈਂਟਰ ਗੌਰਮੈਂਟ ਨੂੰ ਕੌਨਫੀਡੈਂਸ ਲਵੇ, ਉਹਦੇ 'ਤੇ ਡਿਸਕਸ ਕਰੇ। ਇਹ ਜਿਹੜਾ ਕਲਚਰ ਹੈ ਸੁਰੱਖਿਆ ਦਾ, ਇਹਦੇ 'ਤੇ ਸਾਨੂੰ ਧਿਆਨ ਦੇਣਾ ਪਏਗਾ, ਜੇ ਕਲਚਰ ਨੂੰ ਇਹਦੇ ਨੂੰ ਤੁਸੀਂ ਠੀਕ ਨਹੀਂ ਕਰੋਗੇ ਤਾਂ ਇੱਕ ਦਿਨ ਇਹ ਆਵੇਗਾ, ਹੋਰ 2-3 ਸਾਲ ਬਾਅਦ ਲੋਕਾਂ ਲਈ ਸੁਰੱਖਿਆ ਨਹੀਂ ਹੋਏਗੀ, ਚੌਂਕਾਂ 'ਤੇ ਸੁਰੱਖਿਆ ਨਹੀਂ ਹੋਏਗੀ, ਟ੍ਰੈਫਿਕ ਦਾ ਸੱਤਿਆਨਾਸ਼ ਹੋ ਜਾਏਗਾ, ਸੁਰੱਖਿਆ ਹੋਏਗੀ ਤਾਂ ਸਾਡੇ ਵਰਗੇ ਲੋਕਾਂ ਨੂੰ। ਇਹਨਾਂ ਚੀਜ਼ਾਂ ਦਾ ਕੀ ਲੱਗਦਾ ਵੀ ਲਸੰਸੀ ਹਥਿਆਰ ਜਿਹੜੇ ਹੈਗੇ ਆ, ਜੇ ਗਲਤ ਹੈ ਉਹਨੂੰ ਰੱਦ ਕਰ ਦਿਓ, ਉਹਨੂੰ ਬੰਦ ਕਰ ਦਿਓ, ਸ਼ੋਅ ਆਫ ਸੋਸ਼ਲ ਮੀਡੀਆ 'ਤੇ, ਇਹਨਾਂ ਇਹ ਚੀਜ਼ਾਂ ਇਸ ਦੇ ਵਿੱਚ ਹੈ ਨੇ ਮਦਦਗਾਰ ਇਸ ਨੂੰ ਪ੍ਰਮੋਟ ਕਰਨ ਵਿੱਚ? ਬਿਲਕੁਲ ਸਹੀ ਕਦਮ ਹੈ, ਇਹ ਕੋਈ ਗਲਤ ਕਦਮ ਨਹੀਂ। ਹਥਿਆਰ ਜਿਹਨੂੰ ਲੋੜ ਹੈ, ਬਹੁਤ ਲੋੜ ਹੈ ਹਥਿਆਰ ਦਿੱਤਾ ਜਾਵੇ, ਕਿਤੇ ਹਥਿਆਰ ਦਾ ਗਲਤ ਇਸਤੇਮਾਲ ਨਾ ਕੀਤਾ ਜਾਵੇ, ਉਹਦੀ ਪੂਰੀ ਵੈਰੀਫਿਕੇਸ਼ਨ ਹੋਣੀ ਚਾਹੀਦੀ। ਹੁਣ ਇੱਕ ਪੁਲਿਸ ਦਾ ਕੰਸਟੇਬਲ ਹੈ, ਉਹਦੀ ਪੁਲਿਸ 'ਚ ਭਰਤੀ ਹੁੰਦੀ ਹੈ, ਉਹਦੀ ਇੰਟੈਲੀਜੈਂਸ ਏਜੰਸੀ, ਉਹਦੀ CID, ਉਹਦੀ 3600 ਵਿੰਗ ਫੌਜੀ ਹੋਵੇ ਜਾਂ ਸਟੇਟ ਪੁਲਿਸ ਹੋਵੇ, ਉਹਦੀ ਇਨਕੁਆਇਰੀ ਕਰਕੇ ਫਿਰ ਉਹ ਵਰਦੀ ਪਾਉਂਦਾ, ਫਿਰ ਉਹ ਜਾ ਕੇ ਸਲੂਟ ਮਾਰਦਾ, ਫਿਰ ਦੇਸ਼ ਦੀ ਸੇਵਾ ਕਰਦਾ। ਇੱਥੇ ਤਾਂ ਕੋਈ ਵੈਰੀਫਿਕੇਸ਼ਨ ਨਹੀਂ, ਇੱਥੇ ਕਿਸੇ MLA ਨੇ ਫੋਨ ਕੀਤਾ, ਕਿਤੇ ਮੈਂ ਕਰਤਾ, DC ਨੂੰ, ਕਿਤੇ SSP ਨੂੰ ਕਰਦੇ ਆ, ਉਹ ਸਾਡਾ ਬੰਦਾ ਜੀ, ਇਹਨੂੰ ਤੁਸੀਂ ਲਸੰਸ ਬਣਾ ਦਿਓ। ਹੋ ਸਕਦਾ ਆਪਾਂ ਵੀ ਕਈ ਇਹੋ ਜਿਹੇ ਆਪਣੇ ਟਾਈਮ 'ਤੇ ਬਣਾਏ ਹੋਣਗੇ ਜਦੋਂ ਪਾਵਰ 'ਚ, ਬਿਲਕੁਲ ਹੁਣ ਵੀ ਹੋ ਸਕਦਾ ਕਿਸੇ ਨੇ ਫੋਨ ਸਾਤੋਂ ਕਰਾਇਆ ਹੋਵੇ। ਹੁਣ ਇੱਦਾਂ ਜੇ ਅਸੀਂ ਲਸੰਸ ਬਣਾਉਂਦੇ ਰਹੇ ਤੇ ਪੁਲਿਸ ਦੇ ਹਥਿਆਰ ਘੱਟ ਹੋ ਜਾਣਗੇ ਤੇ ਪਬਲਿਕ ਦੇ ਹਥਿਆਰ ਜ਼ਿਆਦਾ ਹੋ ਜਾਣਗੇ। ਚਿੰਤਾ ਵਾਲੀ ਗੱਲ, ਚਿੰਤਾ ਵਾਲੀ। ਪੰਜਾਬ 'ਚ ਦੇਖੋ ਖਤਰਾ ਨਹੀਂ, ਖਤਰਾ ਹੈ ਤੇ ਪੰਜਾਬ ਦੀ ਗੰਦੀ ਰਾਜਨੀਤੀ, ਪੰਜਾਬ ਦੀ ਧਰਮ ਦੇ ਨਾਂ ਤੇ ਗੰਦੀ ਪੋਲਿਟਿਕਸ, ਇਹ 2 ਚੀਜ਼ਾਂ ਤੋਂ ਖਤਰਾ ਹੈ। ਇਹਦੇ ਤੇ ਸਰਕਾਰਾਂ, ਸੈਂਟਰ ਗਵਰਨਮੈਂਟ, ਸਟੇਟ ਗਵਰਨਮੈਂਟ। ਮੈਂ 1-2 ਸਵਾਲ ਪੁੱਛਣੇ ਆ, ਸਮਾਂ ਬਹੁਤ। ਤੁਸੀਂ ਵਾਰ ਵਾਰ ਜ਼ਿਕਰ ਕੀਤਾ ਪੰਜਾਬ ਦੇ ਵਿੱਚ ਜਿਹੜੇ ਬੀਤੇ ਸਮੇਂ ਦੇ ਵਿੱਚ ਕਤਲ ਹੋਏ,
ਤਾਂ ਲੱਗਦਾ ਕਿ ਉਸ ਦੇ ਉੱਤੇ ਕੋਈ ਰਿਸਰਚ ਜਾਂ ਕੋਈ ਰਿਪੋਰਟ ਤਿਆਰ ਹੋਣੀ ਚਾਹੀਦੀ ਹੈ। ਤੁਸੀਂ ਵਾਰ-ਵਾਰ ਹਿੰਦੂਆਂ ਦਾ ਜ਼ਿਕਰ ਕਰ ਰਹੇ ਹੋ ਕਿ ਹਿੰਦੂ 19,000 ਮਾਰ ਦਿੱਤੇ, ਕਿ ਬਾਕੀ ਕੋਈ ਡੇਟਾ ਤਿਆਰ ਹੋਣਾ ਚਾਹੀਦਾ ਕਿ ਸਿੱਖ ਨੌਜਵਾਨਾਂ ਦੀ ਜਿਹੜੇ ਖਾਲੜਾ ਜੀ ਉਹਨਾਂ ਦਾ ਬਹੁਤ ਜ਼ਿਕਰ ਹੁੰਦਾ ਹੈ, ਤਾਂ ਲੱਗਦਾ ਕਿ ਇਹ ਕੋਈ ਡੇਟਾ ਤਿਆਰ ਹੋਣਾ ਚਾਹੀਦਾ। ਦੇਖੋ ਮੈਂ ਤਾਂ ਕਹਿੰਦਾ ਇਹਦੇ ਲਈ ਪੁਰਾਣੀਆਂ ਚੀਜ਼ਾਂ 'ਚ ਨਾ ਖੋਲੀਏ ਤਾਂ ਚੰਗਾ, ਜੇ ਖੋਲੀਏ ਤਾਂ ਸਾਨੂੰ ਡਾਟਾ ਇੱਕ ਤਿਆਰ ਕਰਨਾ ਚਾਹੀਦਾ, ਪੰਜਾਬ 'ਚ ਟੈਰਰਿਜ਼ਮ ਆਇਆ ਕਿਉਂ, ਫਿਰ ਆ ਵਾਈਟ ਪੇਪਰ ਜਾਰੀ ਹੋਵੇ, ਕੋਈ ਕਿਤਾਬਾਂ ਲਿਖਣ ਦੀ ਲੋੜ ਨਹੀਂ, ਸਿਰਫ ਵਾਈਟ ਪੇਪਰ ਜਾਰੀ ਹੋਵੇ ਕਿ ਹਰਿਮੰਦਰ ਸਾਹਿਬ ਨੂੰ ਕਿਉਂ ਕਿਹੜਾ ਬਣਾਇਆ ਗਿਆ, ਗੁਰੂ ਰਾਮਦਾਸ ਦੀ ਪਵਿੱਤਰ ਧਰਤੀ ਨੂੰ ਕਿਉਂ ਲਹੂ ਲੁਹਾਣ ਕੀਤਾ ਗਿਆ, ਕਿਉਂ ਹਥਿਆਰ ਅੰਦਰ ਗਏ, ਕਿਉਂ ਜਨਰਲ ਸੁਭੇ ਪੋਲੀਟੀਕਲ ਹੈ ਸਭ ਕੁਛ। ਮੇਰੀ ਗੱਲ ਸੁਣੋ, ਖੁਦਗਾ ਤੁਹਾਡੀਆਂ ਆਪਣੀਆਂ, ਤੇ ਹਰਿਮੰਦਰ ਸਾਹਿਬ ਨੂੰ ਤੁਸੀਂ ਕਿਹੜਾ ਬਣਾ ਲਿਆ, ਜਨਰਲ ਸੁਭੇਖ ਸਿੰਘ ਜੀ ਕੌਣ ਸਨ, ਹੁਣ ਲੱਗਣਗੀਆਂ ਇਹਨਾਂ ਨੂੰ ਮਿਰਚਾਂ। ਜਨਰਲ ਸੁਭੇਖ ਸਿੰਘ ਨੂੰ ਉਸ ਵੇਲੇ ਆਰਮੀ ਚੀਫ ਨਹੀਂ ਬਣਾਇਆ ਗਿਆ, ਕੋਈ ਕਾਰਨ ਹੋਏਗਾ, ਕੋਈ ਫਿਰਕਾ ਪ੍ਰਸਤੀਤ ਨਹੀਂ ਸੀ, ਨਹੀਂ ਬਣਾਇਆ ਤੇ ਫਿਰ ਬਾਕੀ ਬਾਅਦ ਚ ਕਿਉਂ ਬਣੇ, ਸਾਡੇ ਸਿੱਖ ਸਮਾਜ ਦੇ ਕਿਉਂ ਬਣੇ, ਅਰੋੜਾ ਸਾਹਿਬ ਕਿਉਂ ਬਣੇ, ਅਰਜਨ ਸਿੰਘ ਕਿਉਂ ਬਣੇ। ਤੁਸੀਂ ਆਪਣੀ ਖੁੰਦਕ ਕੱਢਣ ਲਈ ਜਿਹੜੇ ਹਰਿਮੰਦਰ ਸਾਹਿਬ ਦੇ ਅੰਦਰ ਲੜਕੇ ਸੀ ਜਾਂ ਅੱਤਵਾਦੀ ਸੀ, ਉਹਨਾਂ ਨੂੰ ਤੁਸੀਂ ਬੰਦੂਕਾਂ ਫੜਾ ਕੇ ਬੰਕਰ ਬਣਾਉਣ ਦੀ ਇਜਾਜ਼ਤ ਦੇਤੀ। ਹਰਗੋਬਿੰਦ ਸਾਹਿਬ ਨੇ, ਮਹਾਰਾਜ ਨੇ ਹਰਗੋਬਿੰਦ ਦਾ ਕਿਲ੍ਹਾ ਜਿਹੜਾ ਕਿਸ ਕਰਕੇ ਬਣਾਇਆ ਸੀ, ਵੀ ਹਰਿਮੰਦਰ ਸਾਹਿਬ ਨੂੰ ਕਿਲ੍ਹਾ ਨਹੀਂ ਬਣ ਦਿਆਂਗੇ ਉੱਥੇ, ਤੁਸੀਂ ਗੁਰੂ ਮਹਾਰਾਜ ਤੋਂ ਵੀ ਉੱਤੇ ਚਲੇ ਗਏ, ਇਹਦੇ ਤੋਂ ਕੋਈ ਸਵਾਲ ਕਰਨ ਵਾਲਾ ਨਹੀਂ। ਬੇਟਾ ਜੀ, ਜਿਨ੍ਹਾਂ ਨੂੰ ਤੁਸੀਂ ਨਾਮ ਲੈ ਰਹੇ ਹੋ, ਸੁਭੇਖ ਸਿੰਘ ਨੂੰ ਹੀਰੋ ਦੇ ਤੌਰ ਤੇ ਦੇਖਦੇ ਨੇ ਕਈ ਲੋਕ, ਤੁਹਾਡੇ ਜਰਨੈਲ ਸਿੰਘ ਭਿੰਡਰਾਂ ਵਾਲੇ ਨੂੰ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਕਹਿੰਦੇ ਨੇ ਕਈ। ਮੈਂ ਨਾਂ ਲੈ ਕੇ ਕੋਈ ਕੰਟਰੋਵਰਸੀ ਨਹੀਂ ਕਰਨਾ ਚਾਹੁੰਦਾ, ਜਿਹੜੀਆਂ ਤੁਸੀਂ ਗੱਲਾਂ ਕਰ ਰਹੇ ਹੋ ਨਾ, ਤੁਸੀਂ ਆਪਣੇ ਹਿਸਾਬ ਨਾਲ ਕਰ ਰਹੇ ਹੋ, ਮੈਂ ਗੱਲਾਂ ਪ੍ਰੈਕਟੀਕਲ ਕਰ ਰਿਹਾ। ਕੀ ਕਿਸੇ ਨੂੰ ਅਧਿਕਾਰ ਹੈ ਕਿ ਗੁਰੂ ਮਹਾਰਾਜ ਤੋਂ ਵੱਡੇ ਨੇ ਹਰਿਮੰਦਰ ਸਾਹਿਬ ਤੋਂ, ਹਰਿਮੰਦਰ ਸਾਹਿਬ ਨੂੰ ਕਿਹੜਾ ਕੋਈ ਬਣਾਇਆ? ਜੇ ਗਲਤੀਆਂ ਸਰਕਾਰਾਂ ਦੀਆਂ ਸੀ, ਆਪਣੇ ਆਪ ਕੁਰਬਾਨ ਹੋ ਜਾਂਦੇ। ਮੈਂ ਫਿਰ ਕਹਿਣਾ ਚਾਹੁੰਦਾ, ਅਗਰ ਮੈਂ ਉਸ ਵੇਲੇ ਇਹਨਾਂ ਦੀ ਜਗ੍ਹਾ ਤੇ ਹੁੰਦਾ, ਏਡਾ ਹੁੰਦਾ, ਬਾਹਰ ਤੋਪਾਂ ਖੜੀਆਂ ਹੁੰਦੀਆਂ, ਕਹਿੰਦਾ ਵੀ ਆਏ ਤੋਪਾਂ ਚਲਾਉਣ, ਬਾਹਰ ਆ ਜਾਓ, ਮੈਂ ਕਹਿੰਦਾ ਆਇਆ ਜੇ ਬਾਹਰ, ਆਹ ਸਰੀਰ ਖੜਾ ਜੇ, ਇਹ ਨਸ ਇੱਕ ਵੀ ਨਾ ਬਚੇ, ਇੰਨੇ ਟੈਂਕ ਮਾਰੋ। ਪਰ ਮੈਂ ਹਰਿਮੰਦਰ ਸਾਹਿਬ ਨੂੰ ਕਿਲ੍ਹਾ ਤੇ ਕਵਚ ਨਾ ਬਣਾਉਂਦਾ, ਇਹਨੂੰ ਕੰਕਰ ਵੀ ਨਾ ਵਚਨ ਦਿੰਦਾ। ਓਏ, ਅਸੀਂ ਹਰਿਮੰਦਰ ਸਾਹਿਬ ਦਾ ਨੁਕਸਾਨ ਕਰਾਤਾ, ਬਾਹਰ ਆ ਜਾਂਦੇ ਹਰਿਮੰਦਰ ਸਾਹਿਬ ਵੱਜ ਜਾਂਦਾ। ਤੁਸੀਂ ਨਾਮ ਨਹੀਂ ਲੈਣਾ ਚਾਹੁੰਦੇ ਸੁਭੇਖ ਸਿੰਘ ਔਰ ਪਿੰਡਰਾਂ ਵਾਲਿਆਂ ਦਾ, ਤੁਸੀਂ ਜ਼ਿਕਰ ਕਰਕੇ ਤੁਸੀਂ ਨਾਮ ਨਹੀਂ ਲੈਣਾ ਚਾਹੁੰਦੇ। ਦੇਖੋ ਜੀ, ਹੁਣ ਤੁਸੀਂ ਇਹ ਕਹਿ ਰਹੇ ਹੋ ਕਿ ਬਾਹਰ ਆ ਜਾਣਾ ਚਾਹੀਦਾ ਸੀ ਉਹਨਾਂ ਨੂੰ 84 ਦੇ ਵਿੱਚ ਜਦੋਂ ਘਟਨਾ ਨਾ ਲਿਆ, ਨਾ ਤੁਸੀਂ ਬਾਰ ਬਾਰ ਲੈ ਰਹੇ ਹੋ, ਨਾ ਮੈਂ ਕੌਂਟਰ ਨਹੀਂ, ਮੇਰਾ ਤਾਂ ਕੰਮ ਹੈ ਨਾ ਸਰ, ਮੈਂ ਤਾਂ ਡਾਇਰੈਕਟਲੀ ਤਾਂ ਕਰਕੇ ਪੁੱਛ ਰਿਹਾ। ਮੈਂ ਵੀ ਉਹਨਾਂ ਵਰਗਾ ਬਣ ਜਾ ਜਿਹੜੀਆਂ ਤੁਸੀਂ ਗੱਲਾਂ ਕਬਿੱਟਾਂ ਨੇ ਭੜਕਾਊ ਬਿਆਨ ਦਿੱਤਾ। ਮੈਂ ਹਰ ਚੀਜ਼ ਨੂੰ ਸੋਚ ਕੇ ਬੋਲਦਾ, ਮੈਨੂੰ ਕਿਸੇ ਦਾ ਡਰ, ਕਿਸੇ ਦਾ ਖੌਫ ਨਹੀਂ, ਠੀਕ ਹੈ ਨਾ। ਬੋਲਣ ਨੂੰ ਫਿਰ ਬੁਲਵਾ ਲਓ ਜਿੰਨਾ ਮਰਜ਼ੀ, ਮੈਂ ਇੰਨਾ ਕੁ ਬੋਲ ਦਿਆਂਗਾ, ਫਿਰ ਇਹਨਾਂ ਤੋਂ ਕਿਸੇ ਨੂੰ ਸਵਾਲ ਜਵਾਬ ਨਹੀਂ ਹੈ। ਪਰ ਮੈਂ ਪੰਜਾਬ ਨੂੰ ਅੱਗ ਨਹੀਂ ਲਾਉਣਾ ਚਾਹੁੰਦਾ, ਪਰ ਜਿਹੜੀ ਅਸਲੀਅਤ ਦੱਸਦਾ, ਬੰਕਰ ਕਿਉਂ ਬਣੇ, ਸਰਕਾਰਾਂ ਨੇ ਗਲਤੀਆਂ ਕੀਤੀਆਂ, ਅਸੀਂ ਹਰਿਮੰਦਰ ਸਾਹਿਬ ਨੂੰ ਕਿਹੜਾ ਕਿਉਂ ਬਣਾਇਆ, ਅਸੀਂ ਹਰਿਮੰਦਰ ਸਾਹਿਬ ਨੂੰ, ਗੁਰੂ ਮਹਾਰਾਜ ਜੀ ਪਵਿੱਤਰ ਧਰਤੀ ਨੂੰ, ਜਿਹੜੀ ਬਾਬਾ ਬੁੱਢਾ ਜੀ ਨੇ, ਗੁਰਦਾਸ ਜੀ ਮਹਾਰਾਜ ਨੇ ਅਕਾਲ ਤਖ਼ਤ ਸਾਹਿਬ ਦਾ ਨੀਂਹ ਪੱਥਰ ਰੱਖਿਆ, ਅਸੀਂ ਉਹਨਾਂ ਨੂੰ ਢਹਿ ਢੇਰੀ ਕਿਉਂ ਕਰਾਇਆ? ਜੇ ਅਸੀਂ ਅੰਦਰ ਹਥਿਆਰ ਨਾ ਲੈ ਕੇ ਜਾਂਦੇ, 36,000 ਬੇਗੁਨਾਹਾਂ ਦਾ ਕਤਲੇਆਮ ਨਾ ਕਰਦੇ, ਨਾ 84 ਦੇ ਦੰਗੇ ਹੁੰਦੇ, ਨਾ ਕੁਛ ਹੋਰ ਹੁੰਦਾ, ਅਸੀਂ ਰਾਜਨੀਤਿਕ ਲੋਕਾਂ ਦੀਆਂ ਜਾਲੇ ਦੇ ਵਿੱਚ ਫਸ ਗਏ। ਰਾਜਨੀਤਿਕ ਵਿਅਕਤੀ ਬੜਾ ਸ਼ੈਤਾਨ ਹੁੰਦਾ, ਬੜੀ ਦੂਰ ਦੀ ਸੋਚਦਾ ਹੈ, ਔਰ ਉਸ ਵੇਲੇ ਦੀਆਂ ਇੰਟੈਲੀਜੈਂਸ ਏਜੰਸੀਆਂ ਨੇ ਦਿਮਾਗ ਨਾਲ ਕੰਮ ਕੀਤਾ, ਇਹ ਨਹੀਂ ਦਿਮਾਗ ਕੰਮ ਕੀਤਾ ਵੀ ਤੁਸੀਂ ਗੰਦੀ ਰਾਜਨੀਤੀ 'ਚ, ਧਰਮ ਦੀ ਰਾਜਨੀਤੀ 'ਚ ਦਖਲਅੰਦਾਜ਼ੀ ਕਰ ਰਹੇ ਹੋ। ਇਹਦੇ ਨਤੀਜੇ ਕੀ ਨਿਕਲਣਗੇ? ਉਹਦੇ ਨਤੀਜੇ ਇਹ ਨਿਕਲੇ ਕਿ ਸਾਡਾ ਪੰਜਾਬ ਖਾਲੀ ਹੋ ਗਿਆ, ਗੰਦੀ ਰਾਜਨੀਤੀ। ਚਲੋ ਮੈਂ ਇੱਕ ਹੋਰ ਸਵਾਲ, ਤੁਸੀਂ ਬਹੁਤ ਸਾਰੇ ਚੀਫ ਮਿਨਿਸਟਰ ਦਾ ਜ਼ਿਕਰ ਕੀਤਾ ਸੀਗਾ, ਉਸ ਦੌਰ ਤੋਂ ਬਾਅਦ ਬੇਅੰਤ ਸਿੰਘ ਦਾ ਜਦੋਂ ਅਸੈਸੀਨੇਸ਼ਨ ਹੋਇਆ, ਉਹਨਾਂ ਤੋਂ ਬਾਅਦ ਬਹੁਤ ਸਾਰੇ ਜਿਹੜੇ ਮਿਨਿਸਟਰ ਚੀਫ ਮਿਨਿਸਟਰ ਨੇ, ਮੈਂ 3-4 ਦਾ ਨਾਮ ਲਵਾਂ, ਕੈਪਟਨ ਅਮਰਿੰਦਰ ਸਿੰਘ, ਪ੍ਰਕਾਸ਼ ਸਿੰਘ ਬਾਦਲ, ਉਸ ਤੋਂ ਬਾਅਦ ਲੰਬਾ ਵੇਲਾ ਇਹਨਾਂ ਦੇ ਕੋਲ ਪੰਜਾਬ ਦੀ ਸੱਤਾ ਰਹੀ ਹੈ, ਕਰੀਬ 25 ਸਾਲ, ਹਾਂ ਕਰੀਬ 25 ਸਾਲ, ਫਿਰ ਚੰਨੀ ਵੀ ਬਣੇ ਥੋੜੇ ਮਹੀਨਿਆਂ ਦੇ ਲਈ, ਥੋੜੇ ਮਹੀਨਿਆਂ ਤੋਂ ਭਗਵੰਤ ਮਾਨ ਵੀ। ਤੁਸੀਂ ਸਭ ਤੋਂ ਵਧੀਆ ਕਿਸ ਦੇ ਕਾਰਜਕਾਲ ਨੂੰ ਦੇਖਦੇ ਹੋ, ਕੈਪਟਨ ਅਮਰਿੰਦਰ ਸਿੰਘ, ਪ੍ਰਕਾਸ਼ ਸਿੰਘ ਬਾਦਲ ਜਾਂ ਮੌਜੂਦਾ? ਦੇਖੋ ਜੀ, ਮੈਂ ਇਹਦੇ ਬਾਰੇ ਹਜੇ ਤੁਹਾਨੂੰ ਨਹੀਂ ਕਹਿ ਸਕਦਾ, ਪਰ ਮੈਂ ਇਹ ਜ਼ਰੂਰ ਕਹਿ ਸਕਦਾ, ਬੇਅੰਤ ਸਿੰਘ ਵਰਗਾ ਕਾਰਜਕਾਲ ਤੁਹਾਨੂੰ ਲੱਗਦਾ ਕਿ ਕੋਈ ਕਿਸੇ ਨਾਲ ਕੰਪੇਅਰ ਹੋ ਸਕਦਾ? ਦੇਖੋ ਜੀ, ਬੇਅੰਤ ਸਿੰਘ ਨੂੰ ਇੱਕ ਅਮਨ ਔਰ ਸ਼ਾਂਤੀ ਦੇ ਰੂਪ 'ਤੇ ਦੇਖਿਆ ਜਾਂਦਾ ਹੈ, ਪਰ ਅਸੀਂ ਇਹ ਨਹੀਂ ਕਹਿ ਸਕਦੇ ਕਿ ਅਸੀਂ ਫੋਰਸਿਸ ਦੇ ਹੱਥ 'ਚ ਬੰਦੂਕਾਂ ਫੜਾ ਦਈਏ ਅਤੇ ਫਟਾਫਟ ਠਾਠਾ ਕਰ ਦਈਏ, ਉਹ ਮਾਹੌਲ ਨਹੀਂ ਹੈ। ਸਾਨੂੰ ਪੋਲੀਟੀਕਲ ਪਾਰਟੀਆਂ ਨੂੰ ਇੱਕ ਮੰਚ 'ਤੇ ਇਕੱਠਾ ਹੋਣਾ ਪਵੇਗਾ। ਪੰਜਾਬ 'ਚ ਅਮਨ ਸ਼ਾਂਤੀ ਕਿਉਂ ਹੋਇਆ? ਕਦੀ ਇਕੱਠੇ ਨਹੀਂ ਹੋਏ ਕਾਂਗਰਸ, ਬੀਜੇਪੀ, CPM, CPI, ਅਕਾਲੀ ਦਲ ਦਾ ਕੁਝ ਹਿੱਸਾ? ਜਦੋਂ ਗੋਲ ਟੇਬਲ 'ਤੇ ਇਕੱਠੇ ਹੋਏ, ਅਸੀਂ ਇਲੈਕਸ਼ਨ ਨਹੀਂ ਲੜਨੀ, ਅਸੀਂ ਸੱਤਾ ਨਹੀਂ ਲੈਣੀ, ਸਾਨੂੰ ਕੁਰਸੀ ਨਹੀਂ ਚਾਹੀਦੀ, ਸਾਨੂੰ ਪੈਸਾ ਨਹੀਂ ਚਾਹੀਦਾ, ਅਸੀਂ ਅਮਨ ਸ਼ਾਂਤੀ ਲਾਉਣਾ, ਅਸੀਂ ਪੰਜਾਬ ਨੂੰ ਪਾਕਿਸਤਾਨ ਨਾਲ ਮਿਲਣੀ, ਅਸੀਂ ਪੰਜਾਬ ਨੂੰ ਹਿੰਦੁਸਤਾਨ ਦਾ ਹਿੱਸਾ ਰਹਿਣ ਦੇਣਾ, ਅਤੇ ਪੰਜਾਬ 'ਚ ਅਮਨ ਸ਼ਾਂਤੀ ਆਇਆ।
हर पार्टी ने कुर्बानी दी को कांग्रेस ने नहीं दी, बीजेपी ने दी, आरएसएस ने दी, अकाली दल ने दी, सीपीएम सीपीआई ने सातों बार दी, सबने कुर्बानियां दी। सवाल है साडा मन थक गया भी यार ये कतलेआम साडियां गलतियां ना हो रही, सानू अगे आना पाएगा। उस वेले देखो कुछ लीडर चंगे भी सन, अज मैनू लीडर को चंगा दिखा दिओ, सतपाल डांग सी, बिमला डांग सी, अज लक्ष्मीकांत चावला है, सरदारी लाल कपूर लुधियाने, चिट्टी टोपी चिट्टा खद्दर, सरदार संतोख सिंह रंधावा जी लीडर सी, अज मैनू पंजाब दा लीडर दसो इहो जिहा इक दसो। चलो मैं एक आखिरी सवाल, क्योंकि चर्चा बहुत लंबी हो गई है, साडे कोल समां खत्म हो गया है, एक आखिरी सवाल खालिस्तान नूं लैके, की कदे लगदा है कि अजिही कोई गल आ सकदी है कि खालिस्तान है, कोई गुंजाइश है किसी कोई कोने च 1% रोज किते नारे लिखे है, किते नारे लग रहे है? देखो ये इस करके गल है क्योंकि रेफरेंडम दा ₹30 दे आधार ते पूछ रहे हो तुसी, हुण तक नाम नहीं लिया, मैं नाम लै दना गुरपतवंत सिंह पन्नू विदेश दे विच बैठ के रेफरेंडम दा बहुत जिक्र करदा, तुहाडा ही चैनल सी जिन्ने सब तो पहले रेफरेंडम दे उत्ते मेरी इंटरव्यू लई सी, ते ओकड़े हजारां नौजवान सिख समाज के यूके की अंबैसी घेरिया, इन्हें तो दो दिन बाद रेफरेंडम की नींह रखनी सी, इन्हें का बंदा सी 200 ते मेरे सी हजारा, उदो इन जवाब देता सी इहदे पल्ले की है पन्नू, रोज आप दसते हैं पन्नू पन्नू खालिस्तान के नारे लिखना खालिस्तान बन जू। एक गल मैं कहना चाहना, मेरा खून तो गर्म खून तो निकलिया नारा, खालिस्तान ना कदी बनिया सी ना कदी बनेगा, ना कदी बनन दिया, कि बनेगा तो गंदी हनेरी दी तरह बिट्टे दे टुट्टे शरीर तो लंघ जाएगा, साडियां लाशां तो लंघ जाएगा, हिंदुस्तान एक सी एक है, और खालिस्तान ये वह चाहते ने कि असी पासपोर्ट के जरिए कुछ की तरह जाइए, खालिस्तान वह चाहते ने असी पटना साहब गुरु महाराज जब पवित्र स्थान जन्म स्थान गुरु गोबिंद उत्थे जाइए, ये खालिस्तान चाहते हैं, नंदेड़ साहब जिथे गुरु ग्रंथ साहब विराजमान आखिरी समा गुरु महाराज का, उत्थे लखपत साहब गुरुद्वारा जिथे गुरु नानक देव जी महाराज के चरने खड़ावा ने श्री चंद जी दियां पाकिस्तान के बॉर्डर से, उत्थे असी जाइए, दिल्ली दे विच असी बंगला साहब रकाबगंज साहब चांदनी चौंक गुरु तेग बहादुर हिंद जी चादरे दिन असी उत्थे जाइए, ओए अरदासां तां इह हुंदियां ने कि विछड़े गुरुद्वारा साहबान साडे ग्रंथी साहब रोज अरदासां करदे ने, ओए उत्थों तां तुसीं लै नहीं सकदे, ननकाणा साहब इह योधा सी नरेंद्र मोदी जिन्हें आके एक पासे सर्जिकल ऑपरेशन जंग की तैयारी, उन्हें कहा ना वचन है मेरा कुछ भी हो जाए, गुरु नानक देव जी का पवित्र दिन आ रहा है, करतारपुर साहब खोलांगा, और अज तक करतारपुर साहब खोले है उन्हूं तो रोज माड़े शब्दों का प्रयोग करते हैं, अतवादी भी छड़ते हैं, खालिस्तान जिंदाबाद के नारे लगाने, कड़े खालिस्तान कड़ा खालिस्तान, चार बंदे नारे लाने वाले खालिस्तान, चार बंदे, मैं तो कहना चाहना खालिस्तान 200 मीटर से तुसी खालिस्तान बनवाना चाहते हो आप पठानकोट, तुहानूं इह लगदा है बिट्टा जी जिहड़े नारे लाउंदे आ या जिहड़े लिखदे आ उहनां नूं मतलब पता है खालिस्तान दा की? मैं उही तो तुहानूं कह रहा, आ राजपुरा खालिस्तान, आ बठिंडा खालिस्तान, आ पठानकोट खालिस्तान, इन्हां दे चीफ मिनिस्टर किन्ने होणगे, चीफ मिनिस्टर के माझा एक चीफ मिनिस्टर, मालवा एक चीफ मिनिस्टर, पैपसू एक चीफ मिनिस्टर, किन्ने चीफ मिनिस्टर होणगे मैनूं इन्हें दसो, ते इन्हां दा डिफेंस मिनिस्टर, इन्हां नूं इह पुछे तुहाडे राष्ट्रपति जी कित्थे विराजमान होणगे जी, तुहाडे प्राइम मिनिस्टर कित्थे बैठणगे जी, तुहाडे इन्ने सेंटर दे मंत्री किन्ने बैठणगे जी, तुहाडे जिहड़े स्टेटां दे चीफ मिनिस्टर ने ओह कित्थे बैठणगे जी, ओह साडे बैठण नूं तां जगह नहीं, ते गल्लां करदे खालिस्तान दीआं, तुहाडी जिहड़े खालिस्तान दी जिक्र करदे उन्होंने कहना कि तुसीं साडे नालों वध प्लानिंग करी करी लगदी है, कि माझे मालवे दुआबे दे चीफ मिनिस्टर बनाते प्रधानमंत्री अलग बनाता, बना दो होर, नहीं मेरी गल नहीं समझे, उन्होंने मैं जवाब दे रहा भी खालिस्तान दा यार मतलब तां समझा दिओ कि तुसीं भुखे नंगे पाकिस्तान जिन्हें महाराज रणजीत सिंह जी दे शेरे पंजाब दे जिहदा राज सी काबल कंधार तक ओरे स्टैचू दे टुकड़े टुकड़े करते उदों तुहाडी जबान बंद, जो ग्रंथी साहब की बेटी नू किडनैप करता ताड़ी जबान बंद, जो हुण तुसी दिखाया जो हुण उत्थे पंजा साहब ते जुत्ते लैके अंदर चले गए है सिगरा बीटी भी नाल होएगा सिर ते कपड़ा नहीं, तुहाडी जबान बंद, जो काबल कंधार च गुरु ग्रंथ साहब विराजमान गोलियां दे नाल बार बार मावां भैणां नू वीरां नू भुन दिता गया उत्थे जबान बंद, जम्मू कश्मीर के अंदर 35 के करीब सिख परिवारों नूं लाइन च खड़ा करके कर दिता, ओए उत्थे तुहाडियां जबानां बंद खालिस्तानियों, तुसीं आके पंजाब नूं धर्मशाला बना के पाकिस्तान दे टुकड़िया दे पलके आईएसआई दे टुकड़िया पर के साडी पंजाब दी जवानी नूं पंजाब नूं बर्बाद करना चाहुंदे हो, है तुहाडे च दम, जाओ उत्थे महाराज रणजीत सिंह दा जिन्ने स्टैचू तोड़िया ना जाओ मारो, मैं तुहाडी तरीफ बेटा जी पन्नू कोई वीडियो ना जारी कर देवे तुहाडे लई फिर दुबारा, हुण ओहदी ऐसी दी तैसी ओह तां आउंदा नहीं, मैं तां कहिंदा बोले ओह तां बोलदा ही नहीं मेरे बारे, मैं तां कहिंदा आ ते तुसीं लाइव लै लो, तुहानूं लगदा कि पन्नू डरदा खालिस्तान के मुद्दे से हार जावां जां पन्नू तेरी मूवमेंट च शामिल हो जाऊं, आ खालिस्तान से गल कर,
ਪਤਾ ਨਹੀਂ ਕਿਹੜੇ ਟੁਕੜਿਆਂ ਨੇ ਪੰਨ ਵਾਲਾ ਪੰਨੂ ਉਹ ਪੰਨੂ ਜਿਹੜਾ ਪਾਕਿਸਤਾਨ ਦੀ ਤਾਰੀਫ ਕਰਦਾ ਜਿਹਨੇ ਹਰਨੇਕ ਸਿੰਘ ਨੂੰ ਚਾਈਨਾ ਨੇ ਸ਼ਹੀਦ ਕੀਤਾ ਸੀ ਜਿਹਨੇ ਚਾਈਨਾ ਨੇ 25 ਸੈਨਿਕ ਮਾਰ ਦਿੱਤੇ ਸੀ ਤੂੰ ਉਹਦੀ ਚਾਈਨਾ ਦੀ ਤਾਰੀਫ ਕਰਦਾ ਤੂੰ ਪਾਕਿਸਤਾਨ ਦੀ ਤਾਰੀਫ ਕਰਦਾ ਜਿਹਨੇ ਮਹਾਰਾਜਾ ਰਣਜੀਤ ਸਿੰਘ ਦੇ ਸਟੈਚੂ ਨੂੰ ਤੋੜਤਾ ਤੂੰ ਉਹਦੀ ਤਾਰੀਫ ਕਰਦਾ ਜਿਹਨੇ ਨਨਕਾਣਾ ਸਾਹਿਬ ਦਾ ਨਾਂ ਬਦਲਣ ਲਈ ਕਿਸੇ ਕਾਫਰ ਨੇ ਕਹਿਤਾ ਤੂੰ ਉਹਨਾਂ ਦੀ ਤਾਰੀਫ ਕਰਦਾ ਤੂੰ ਤਾਂ ਸਰਦਾਰ ਹੈ ਹੀ ਨਹੀਂ ਤੇਰੇ ਸਿਰ ਤੇ ਵਾਲ ਹੀ ਨਹੀਂ ਤੂੰ ਸਰਦਾਰ ਹੈ ਹੀ ਨਹੀਂ ਤੂੰ ਕਿੱਥੋਂ ਦਾ ਸਰਦਾਰ ਹੈ ਪਹਿਲਾਂ ਦੱਸ ਰੋਜ਼ ਆਇਆ ਕਰਕੇ ਵੀਡੀਓ ਪਾ ਲੈਣਾ ਆ ਮੇਰੇ ਨਾਲ ਬਹਿਸ ਕਰ ਧਮਕੀਆਂ ਦੇਣਾ ਰੋਜ਼ ਆ ਕੇ ਤੂੰ ਇੱਥੇ ਲੋਕਾਂ ਨੂੰ ਜਿਹੜੀ ਨੌਜਵਾਨਾਂ ਤੱਕ ਪਹੁੰਚਣੀ ਜ਼ਰੂਰੀ ਹੈ ਕਈ ਵਾਰ ਜ਼ਰੂਰੀ ਹੁੰਦਾ ਹੈ ਕਿ ਮੁੱਦਿਆਂ ਦੇ ਉੱਤੇ ਨਾਮ ਲੈ ਕੇ ਪੂਰਾ ਡਿਟੇਲ ਦੇ ਵਿੱਚ ਗੱਲਬਾਤ ਕੀਤੀ ਜਾਵੇ ਬੇਟਾ ਜੀ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ ਨਿਊਜ਼ ਪੰਜਾਬ ਦੇ ਨਾਲ ਗੱਲਬਾਤ ਕਰਨ ਦੇ ਲਈ ਫਿਲਹਾਲ ਸਾਨੂੰ ਇਜਾਜ਼ਤ ਦਿਓ ਧੰਨਵਾਦ